ਦੁੱਲਾ ਹੋਇਆ ਖੂਨ ਸ਼ਹੀਦਾਂ ਦਾ, ਹਰ ਕਿਸ ਨਹੀਂ ਜਾਇਆ ਜਾ ਸਕਦਾ, ਸਿਰ ਦਿੱਤਿਆ ਬਾਚੋ ਐਵੇਂ ਨਹੀਂ ਸ਼ਹੀਦ ਕਹਾਇਆ ਜਾ ਸਕਦਾ, ਫਾਂਸੀ ਦਾ ਰੱਸਾ ਐਵੇਂ ਨਹੀਂ ਗਲ ਵਿੱਚ ਪਵਾਇਆ ਜਾ ਸਕਦਾ, ਪਾਣੀ ਵਿੱਚ ਦੁਨੀਆਂ ਨਹਾਉਂਦੀ ਪਰ ਨਹੀਂ ਅੱਗ ਜਗਾਇਆ ਜਾ ਸਕਦਾ, ਸ਼ਹੀਦ ਬਦਲ ਦੇ ਧੱਬਿਆਂ ਨੂੰ ਪਾਕ ਨੂੰ ਜ਼ਿਕਰ ਦਾ ਧੋ ਜਾਂਦਾ, ਸਿਰ ਵੱਢ ਕੇ ਦੇਸ਼ ਦੀ ਮਾਲਾ ਵਿੱਚ ਮਣਕੇ ਦੀ ਜਗ੍ਹਾ ਰੋ ਜਾਂਦਾ। ਪਰਮ ਸਨਮਾਨ ਜੋ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਭੂ ਚਰਨ ਸ਼ਬਦ ਤਖ਼ਤ ਦੇ ਮਾਲਕ ਸ਼ਬ ਬ੍ਰਹਮ ਸਤਿਗੁਰੂ ਰਾਜਾਨ ਰਾਜ ਪਾਨੰਦ ਭਾਨ ਦੇ ਵਾਨ ਦੇ ਪੁੱਤਨਾ ਮਹਾਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਸਰੂਪ ਦੇ ਵਿੱਚ ਵਿਰਾਜਮਾਨ ਹੋ ਕਰਕੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਆਦਰਣੀ ਸਤਿਕਾਰਯੋਗ ਸਤ ਸੰਗਤ ਆਓ, ਸਭ ਤੋਂ ਪਹਿਲਾਂ ਕਲਗੀਧਰ ਦਸ਼ਮੇਸ਼ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਗੁਰਦੇਵ ਪਾਤਸ਼ਾਹ ਵੱਲੋਂ ਬਖਸ਼ੀ ਗਈ ਇੱਕ ਮਹਾਨ ਬਖਸ਼ਿਸ਼, ਕਿਉਂਕਿ ਬੜੀਆਂ ਬਖਸ਼ਿਸ਼ਾਂ ਗੁਰਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਸਨਮਾਨਯੋਗ ਸਾਧ ਸੰਗਤ ਜੀਓ, ਕੋਈ ਸ਼ਾਇਰ ਕਹਿੰਦਾ ਹੈ, ਕਹਿੰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਸਾਨੂੰ ਕੀ ਕੁੱਝ ਦਿੱਤਾ ਹੈ। ਵੈਸੇ ਤਾਂ ਲੇਖਾ ਜੋਖਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬਾਣੀ ਦਾ ਵਚਨ ਹੈ। ਸਤਿਕਾਰਯੋਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ, ਭਾਵੇਂ ਉਹ ਵਚਨ ਪਰਮੇਸ਼ਰ ਨੂੰ ਸੰਬੋਧਨ ਕਰਕੇ ਸਤਿਕਾਰਯੋਗ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ ਉਚਾਰਨ ਕੀਤਾ। ਕਹਿੰਦੇ ਕਬੀਰ ਸਾਤ ਸਮੁੰਦਰ ਮਸ ਕਰੋ, ਕਹਿੰਦੇ ਸੱਤਾਂ ਸਮੁੰਦਰਾਂ ਦਾ ਪਾਣੀ ਇਕੱਠਾ ਕਰ ਲਵਾਂ, ਉਹਦੀ ਸਿਆਹੀ ਬਣਾ ਲਵਾਂ, ਤੇ ਜਿੰਨੀ ਬਨਸਪਤੀ ਰੁੱਖ ਬੂਟੇ ਉੱਗੇ ਹੋਏ ਹਨ ਘਰ ਕੇ ਕਲਮਾਂ ਤਿਆਰ ਕਰ ਲਵਾਂ, ਤੇ ਜਿੰਨੀ ਧਰਤੀ ਹੈ ਇਹਨੂੰ ਸਾਰੀ ਨੂੰ ਸਾਰੀ ਮੈਂ ਕਾਗਜ਼ ਬਣਾ ਲਵਾਂ। ਕਹਿੰਦੇ ਭਾਵੇਂ ਇੰਨਾ ਸਾਜੋ ਸਮਾਨ ਵੀ ਮੈਂ ਕਿਉਂ ਨਾ ਇਕੱਠਾ ਕਰ ਲਵਾਂ, ਫਿਰ ਵੀ ਹੇ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਜਸ ਲਿਖਿਆ ਨਹੀਂ ਜਾ ਸਕਦਾ, ਭਾਵ ਕਿ ਕਹਿੰਦੀ ਕਸਮੀ ਤੋਂ ਬਾਹਰ ਹੈ। ਕਬੀਰ ਸਾਤ ਸਮੁੰਦਰ ਮਸ ਕਰੋ, ਕਲਮ ਕਰੋ ਬਰਲਾਏ, ਬਸਦਾ ਕਾਗਜ਼ ਜੋ ਕਰੋ ਬਸਤਾ ਲਾਕਰ ਧਰਤੀ, ਧਰਤੀ ਦੀ ਹੈ ਤੂੰ ਕਾਗਜ਼ ਬਣਾ ਲਵਾਂ, ਹਰ ਜਸ ਲਿਖਣ ਨਾ ਜਾਏ, ਫਿਰ ਵੀ ਹੇ ਵਾਹਿਗੁਰੂ ਤੁਸੀਂ ਬਹੁਤ ਹੀ ਪਾਰਾਵਾਰ ਹੋ, ਤੁਹਾਡਾ ਹਰ ਜਸ ਭਾਵ ਕੇ ਤੁਹਾਨੂੰ ਕਥਨ ਨਹੀਂ ਕੀਤਾ ਜਾ ਸਕਦਾ। ਬਿਲਕੁਲ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਨਿਆਮਤਾਂ ਦਾ ਜੇ ਕੋਈ ਲੇਖਾ ਜੋਖਾ ਕਰਨ ਲੱਗੇ ਉਹਦੀ ਲਿਖਤ ਨਹੀਂ ਹੋ ਸਕਦੀ। ਬਸ ਹਾਂ ਕਿਸੇ ਸ਼ਾਇਦ ਦਿਲ ਬਬਲਾ ਹੈ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਮਾਣ ਦਿੱਤਾ, ਸੱਚੇ ਪਾਤਸ਼ਾਹ ਨੇ ਮਾਣ ਦਿੱਤਾ, ਤਾਂ ਦਿੱਤਾ ਗਿਆਨ ਤੇ ਧਿਆਨ ਦਿੱਤਾ, ਰਾਖੀ ਲਈ ਤਲਵਾਰ ਦਿੱਤੀ, ਗਾਉਣ ਦੀ ਢਾਬੀ ਵਾਰ ਦਿੱਤੀ, ਕੜਾ ਤੇ ਕਿਰਪਾਨ ਦਿੱਤੀ, ਪੰਜ ਕੱਟੇ ਸ਼ਾਹੀ ਸ਼ਾਮ ਦਿੱਤੀ, ਸਵੈ ਮਾਨ ਦਿੱਤਾ ਪਿਤਾ ਦਾਨ ਦਿੱਤਾ, ਜੋਰਾ ਵਾਰ ਫਤਿਹ ਸਿੰਘ ਲਾਲ ਦਿੱਤੇ, ਸ਼ੁਭ ਖਿਆਲ ਦਿੱਤੇ, ਅਜੀਤ ਤੇ ਜੁਝਾਰ ਦਿੱਤਾ, ਸ਼ੌਕ ਤੇ ਸ਼ਿੰਗਾਰ ਦਿੱਤਾ, ਤੀਰ ਅਤੇ ਦੌ ਦਿੱਤੀ, ਆਖੰਡੇ ਦੀ ਪਾਉ ਦਿੱਤੀ, ਅੰਮ੍ਰਿਤ ਦਾ ਜਾਮ ਦਿੱਤਾ, ਸੱਤ ਦਾ ਸੰਗਰਾਮ ਦਿੱਤਾ, ਸ਼ਾਂਤੀ ਦਿੱਤੀ, ਕ੍ਰਾਂਤੀ ਦਿੱਤੀ, ਹੋਸ਼ ਦਿੱਤੀ, ਜੋਸ਼ ਦਿੱਤਾ, ਬਾਣੀ ਦਿੱਤੀ, ਬਾਣਾ ਦਿੱਤਾ, ਭਾਈਚਾਰੇ ਚ ਵੰਡ ਕੇ ਖਾਣਾ ਦਿੱਤਾ, ਜਿੰਦਾ ਦਲੀਲ ਦਿੱਤੀ, ਹਾਸਾ ਪੀੜ ਦਿੱਤੀ, ਚਲਾਉਣ ਲਈ ਤੇਗ ਦਿੱਤੀ, ਤੇ ਛਕਣ ਲਈ ਤੇਗ ਦਿੱਤੀ, ਝੋਲੇ ਝੰਡੇ ਦਿੱਤੇ, ਲਸ਼ਕਰ ਦੇ ਖੰਡੇ ਦਿੱਤੇ, ਰਾਗ ਤੇ ਵੈਰਾਗ ਦਿੱਤਾ, ਅਸਤਰ ਦਿੱਤੇ, ਬਸਤਰ ਦਿੱਤੇ, ਸ਼ਸਤਰ ਦਿੱਤੇ, ਪੰਛੀਆਂ ਨੂੰ ਚੋਗਾ ਤੇ ਪਸ਼ੂਆਂ ਨੂੰ ਪੋਗਾ, ਮਨੁੱਖਤਾ ਨੂੰ ਅਮਰ ਤੇ ਸਿੱਖੀ ਤਾਈ ਚਮਕ ਦਿੱਤਾ। ਆਓ ਐਸੇ ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਗੁਰੂ ਫਤਿਹ ਦਾ ਨਾਰਾ ਕਰੀਏ, ਬੁਲੰਦ ਚੁੱਕਾ ਹੋ ਸੀਸ, ਕੋਈ ਵੀ ਅਸਨ ਵੱਜ ਨਾ ਰਹੇ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਅਪਰੰਪਾਰ ਕਿਰਪਾ ਦੇ ਸਰਕਾਰ ਸਜੇ ਹੋਏ ਸਾਹਿਬਾਂ ਦੇ ਆਲਮਾਨਾ ਦਰਬਾਰ ਦੀ ਹਾਜ਼ਰੀ ਭਰ ਰਹੇ ਹੋ। ਸਤ ਸੰਗਤ ਸਰੂਪ ਦੇ ਵਿੱਚ ਗੁਰਦੇਵ ਜੀ ਦੇ ਮਹਾਰਾਜ ਗੁਰੂ ਮਹਾਰਾਜ ਦੇ ਮੁਬਾਰਕ ਚਰਨਾਂ ਦੇ ਵਿੱਚ ਸਭ ਬੈਠੇ ਹੋ ਔਰ ਮਾਨੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਵਚਨ ਹੈ ਪਰ ਰੋਜ਼ਾਨਾ ਪਾਠ ਕਰਦੇ ਹਾਂ ਜਪਜੀ ਸਾਹਿਬ ਦਾ ਗੁਰਦੇਵ ਪਾਤਸ਼ਾਹ ਬਾਣੀ ਉੱਤੇ ਵਚਨ ਕਰਦੇ ਹਜ਼ੂਰ ਕਹਿੰਦੇ ਵੀ ਜਦੋਂ ਸਿੱਖ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਬੈਠ ਜਾਂਦਾ ਹੈ ਨਾ ਭਾਵੇਂ ਕਿ ਉਹ ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਇੱਕ ਸਿੱਖਿਆ ਨੂੰ ਵੀ ਹਿਰਦੇ ਕਰਕੇ ਸੁਣ ਲਵੇ ਬਸ਼ਰਤੇ ਕਿ ਸੁਣ ਲਵੇ ਉਹ ਨਾ ਹੋਵੇ ਕਈ ਵਾਰੀ ਤਾਂ ਬੈਠਾ ਹੁੰਦਾ ਹੈ ਅੰਦਰ ਪਰ ਮਨ ਬਾਹਰ ਭਟਕ ਦੱਸਦਾ ਹੈ ਤੇ ਜਦੋਂ ਮਨ ਬਾਹਰ ਭਟਕਦਾ ਫਿਰ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਸਾਨੂੰ ਵਾਰ-ਵਾਰ ਦੀ ਵਿਧੀ ਦੱਸਦੇ ਹੈ ਮੇਰੇ ਬਣ ਪਰਦੇਸੀ ਦੇ ਪਿਆਰੇ ਆਓ ਘਰੇ ਕਿਤੇ ਕਿਹਾ ਮਨ ਪਰਦੇਸੀ ਜੇ ਕੀ ਹੈ ਸਭ ਦੇਸ਼ ਪਰਾਇਆ ਤੇ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਹਜ਼ੂਰ ਕਹਿੰਦੇ ਜਿਹਨੇ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਵਰਗੀ ਸਿੱਖ ਸੁਣੀ ਔਰ ਕਹਿ ਦਿੱਤਾ ਹਜ਼ੂਰ ਕਹਿੰਦੇ ਸੁਣੇ ਅੱਠ ਸੱਠ ਕਾ ਇਸ਼ਨਾਨ ਯਾਦ ਰੱਖੋ ਦੁਨੀਆਂ ਤੀਰਥਾਂ ਤੇ ਨਾ ਹੋ ਜਾਂਦੀ ਹੈ ਤੀਰਥਾਂ ਉੱਤੇ ਸਨਾਤਨ ਮਤ ਦਾ ਵਿਚਾਰ ਹੈ ਅਥਾਹ ਤੀਰਥਾਂ ਤੇ ਗਏ ਹਨ ਉਹਨਾਂ ਤੀਰਥਾਂ ਉੱਤੇ ਇਸ਼ਨਾਨ ਕਰਦਾ ਬਹੁਤ ਵੱਡਾ ਫਲ ਮੰਨਿਆ ਜਾਂਦਾ ਹੈ ਪਰ ਗੁਰੂ ਜੀ ਕਹਿੰਦੇ ਆ ਬਾਣੀ ਅੰਦਰ ਹਜ਼ੂਰ ਕਹਿੰਦੇ ਵੀ ਜਿਹਨੇ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਇੱਕ ਸ਼ਬਦ ਵੀ ਸੁਣ ਲਿਆ ਨਾ ਤੇ ਸੁਣਦਾ ਇੰਨਾ ਵੱਡਾ ਲਾਹ ਹੈ ਅੱਠ ਸੱਠ ਭਾਵ ਕੇ ਥਾਂ ਤੀਰਥਾਂ ਦਾ ਇਸ਼ਨਾਨ ਗੁਰੂ ਕੇ ਸਿੱਖ ਦਾ ਗੁਰੂ ਦੇ ਚਰਨਾਂ ਦੇ ਵਿੱਚ ਹੀ ਬੈਠ ਕੇ ਹੋ ਜਾਂਦਾ ਹੈ ਸੋ ਗੁਰੂ ਮਹਾਰਾਜ ਦੀ ਬੜੀ ਰਹਿਮਤ ਹੋ ਰਹੀ ਹੈ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਰਕਾਰ ਹਜ਼ੂਰ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਆਪ ਜੀ ਨੇ ਸਜ ਕਰਕੇ ਗੁਰਬਾਣੀ ਕੀਰਤਨ ਹਜ਼ੂਰੀ ਰਾਗੀ ਦਿੱਤਾ ਸਰਕਾਰ ਜੋ ਭਾਈ ਸਾਹਿਬ ਭਾਈ ਪ੍ਰਤਾਪ ਸਿੰਘ ਜੀ ਭਾਈ ਸਾਹਿਬ ਭਾਈ ਅਰਦਾਸ ਸਿੰਘ ਜੀ ਇਤਨਾਂ ਦੇ ਰਾਗੀ ਜਥੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਬੜੀਆਂ ਰਹਿਮਤਾਂ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ ਇਸ ਜਥੇ ਉੱਤੇ ਔਰ ਆਪ ਜੀ ਨੂੰ ਹਰ ਦਸ ਕੀਰਤਨ ਸਰਵਣ ਕਰਵਾ ਕੇ ਗਏ ਹੈ ਆਓ ਸਰਕਾਰ ਨੂੰ ਸਾਧ ਸੰਗਤ ਜੀਓ ਦੱਸ ਰਿਹਾ ਤਾਂ ਆਪ ਜੀ ਦੇ ਚਰਨਾਂ ਦੇ ਵਿੱਚ ਇਸ ਗੁਰੂ ਦੀ ਆਖਰੀ ਹਾਜ਼ਰੀ ਹੈ ਔਰ ਗੁਰਦੇਵ ਪਾਤਸ਼ਾਹ ਦਾ ਮੁਬਾਰਕ ਵਚਨ ਹੈ ਹਜ਼ੂਰ ਕਹਿੰਦੇ ਨੇ ਨੱਕ ਨੱਥ ਖਸਮ ਹੱਥ ਕਿਰਤ ਟਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਤੇ ਸਤਕਾਰ ਜਿਤਨਾ ਆਪਾਂ ਬਰਨਤ ਪਾਣੀ ਗੁਰੂ ਗ੍ਰੀਨ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਸੀ ਗੁਰੂ ਦਾ ਇਸ ਗੁਰੂ ਦਾ ਕਿਉਂਕਿ ਅੱਜ ਦੀ ਹਾਜ਼ਰੀ ਆਖਰੀ ਹਾਜ਼ਰੀ ਹੈ ਔਰ ਕੱਲ੍ਹ ਨੂੰ ਤੁਹਾਡੀ ਜਿਤਨੇ ਇੰਡੀਆ ਤੋਂ ਰਵਾਨਾ ਹੋ ਜਾਣਾ ਇੱਕ ਹਫ਼ਤੇ ਦਾ ਸਮਾਂ ਆਪ ਜੀ ਦੇ ਚਰਨਾਂ ਦੇ ਵਿੱਚ ਪ੍ਰਾਪਤ ਹੋਇਆ ਸੀ ਮੈਂ ਸਮੁੱਚੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ ਕਹਿ ਦੇਵਾਂ ਸ਼ੁਕਰਗੁਜ਼ਾਰ ਹਾਂ ਪਠਾਨਕੋਟ ਤੋਂ ਆਦ ਕਰਦਾ ਹੈ ਜਿਨ੍ਹਾਂ ਨੇ ਆਏ ਹੋਏ ਜਥੇ ਨੂੰ ਸਮਾਂ ਦੇ ਕੇ ਸਮਾਂ ਬਖਸ਼ਿਸ਼ ਕਰਕੇ ਨਵਾਜਿਆ ਧੰਨਵਾਦ ਹੈ ਤੇ ਨਾਲ ਦੀ ਨਾਲ ਮੈਂ ਪਠਾਨਕੋਟ ਤੋਂ ਆਦ ਕਰਦਾ ਹਾਂ ਸਨਮਾਨ ਜੋ ਮੇਰੇ ਵੱਡੇ ਭਾਈ ਸਾਹਿਬ ਭਾਈ ਦੀਵਾਰ ਸਿੰਘ ਜੀ ਜਿਹੜੇ ਕਿ ਹਜ਼ੂਰੀ ਰਾਗੀ ਸਿੰਘ ਵੀ ਨੇ ਗੁਰੂ ਗ੍ਰੀਨ ਨਿਵਾਸ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ ਔਰ ਜਿਨ੍ਹਾਂ ਨੇ ਵਿੱਚ ਪੈ ਕਰਕੇ ਜਿਨ੍ਹਾਂ ਦੀ ਬਦੌਲਤ ਆਪ ਸਿੱਖ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਦੱਸ ਰਹੇ ਦੇ ਸਟਾਡੀਅਮ ਨੂੰ ਪ੍ਰਾਪਤ ਹੋਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਮੁੱਚੀਆਂ ਗੁਰੂ ਦੀਆਂ ਸਿੱਖ ਸੰਗਤਾਂ ਦਾ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਠਾਨਕੋਟ ਧੰਨਵਾਦ ਕਰਦੇ ਹਾਂ ਆਓ ਸੰਗਤ ਜੀਓ ਜੁੜ ਬੈਠੇ ਹੋ ਬੜਿਆਂ ਤੋਂ ਸਹਿਤ ਇੱਕ ਵਾਰ ਬਣਾਈਏ ਸਿਮਰਨ ਦੀ ਸਾਂਝ ਸਿਮਰਨ ਦੀ ਸਾਂਝ ਬਣਾਉਂਦੇ ਹੋਏ ਨਾਲ ਦੀ ਨਾਲ ਚੱਲ ਰਿਹਾ ਇਤਿਹਾਸ ਦਾ ਮਜ਼ਮੂਨ ਆਪ ਜੀ ਦੇ ਚਰਨਾਂ ਦੇ ਆਰੰਭ ਕਰੀਏ ਕਰੋ ਕਿਰਪਾ ਸਾਰੀ ਸੰਗਤ ਚਕਾਓ ਸੀਸ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਤਿਕਾਰਯੋਗ ਸਾਧ ਸੰਗਤ ਜੀਓ ਜੋ ਮਜ਼ਮੂਨ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਨ ਲੱਗੇ ਹੈ ਇਹ ਵਾਰਤਾ ਉਹ ਸਮੇਂ ਦੀ ਹੈ ਜਿਸ ਸਮੇਂ ਦੇ ਸੰਦਰਭ ਦੇ ਵਿੱਚ ਧਾਰੀਆਂ ਦੇ ਕਿਤਾਬਾਂ ਗਿਆਨੀ ਸੋਹਣ ਸਿੰਘ ਜੀ ਸੀਤਾ ਲਿਖਦੇ ਹਨ ਕਹਿੰਦੇ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਬਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਓਏ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਖਤ ਤਾਜ ਵਾਲੇ ਅਣਖ ਆਉਣ ਵਾਲੇ ਸਾਡੀ ਚਮਕਦੀ ਦੇਖਦੀ ਧਾਰ ਅੱਗੇ ਉਹ ਭੇਟਾਂ ਧਰਦੇ ਸਨ ਕਾਬਲ ਇਹ ਆਉਣ ਵਾਲੇ ਬਿਨਾਂ ਕੁਛ
ਅੱਜ ਸਾਡੇ ਤੇ ਹੁਕਮ ਚਲਾਉਣ ਵਾਲੇ, ਪਰ ਕੌਣ ਜਾਣਦਾ ਸੀ ਸੀਤਲ ਰੋਦੇ ਫਿਰ ਕੇ ਆਪਣੇ ਪੈਪਾਤ ਵਿੱਚ ਹੀਰੇ ਫੜਾਉਣ ਵਾਲੇ, ਉਹ ਧਰਤੀ ਪੰਜ ਦਰਿਆਵਾਂ ਦੀ ਤੇ ਯੋਧਿਆਂ ਦਾ ਅਸਥਾਨ, ਉੱਥੇ ਪੀਰ ਪੈਗੰਬਰ ਆਉਣੀਏ ਕਈ ਹੋਏ ਬਲੀ ਮਹਾਨ, ਉੱਥੇ ਸਤਿਗੁਰ ਨਾਨਕ ਪੱਕ ਕੇ ਪਰ ਜੋਤੇ ਸੀਸ ਨਮਾਨ, ਗੁਰੂ ਅਰਜਨ ਕਾਫਾ ਢਾਲੀਆਂ ਜੋ ਤਪੀਆਂ ਦੇ ਸੁਲਤਾਨ, ਕੋਈ ਇੱਥੇ ਲਾਲ ਗੁਰੂ ਨੂੰ ਸ਼੍ਰੇਸ਼ ਦੇ ਕੈ ਵਾਰ ਧਰਮ ਤੋਂ ਜਾਨ, ਗੁਰਾ ਪੰਥ ਖਾਲਸਾ ਸਾਜ ਕੇ ਫਿਰ ਮੋਈ ਜਵਾਈ ਸ਼ਾਨ, ਉੱਥੇ ਨਲੂਏ ਤੇ ਰਣਜੀਤ ਦੀ ਜਦ ਚਮਕੀ ਸੀ ਕਿਰਪਾਨ, ਤਦ ਖੁਸ਼ੀ ਹੋਈ ਪੰਜਾਬ ਦੀ ਵਿੱਚ ਦੁਨੀਆਂ ਚਮਕੀ ਸ਼ਾਨ, ਪਰ ਜਿਉਂ ਗਿਆ ਸੀ ਰਾਜ ਪੰਜਾਬ ਦਾ ਪਰ ਸੀਤਲ ਦਿਲ ਪਛਤਾਮ, ਇਹ ਸਾਲ ਹੈ ਸੰਨ 1837 ਈਸਵੀ ਦਾ, ਔਰ ਧਰਤੀ ਹੈ ਜਮਾਓ ਦੀ, ਤਰਲਾ ਖੈਬਰ ਦੀਆਂ ਪਹਾੜੀਆਂ ਦਾ ਕੰਢਾ, ਪੰਜਾਬ ਔਰ ਕਾਬਲ ਦਾ ਬਾਰਡਰ ਹੈ, ਤੇ ਸਨਮਾਨਯੋਗ ਸਾਧ ਸੰਗਤ, ਕਾਬਲ ਦੀ ਧਰਤੀ ਤੇ ਬਹੁਤ ਵੱਡਾ ਹੱਲਾ ਪੰਜਾਬ ਦੀ ਧਰਤੀ ਉੱਤੇ ਹੋਇਆ ਹੈ, ਜਿਸ ਕਿਲੇ ਉੱਤੇ ਹਮਲਾ ਹੋਇਆ ਮਿਰਜ਼ਾ ਸਮੀ ਖਾਨ 40,000 ਫੌਜ ਲੈ ਕੇ, ਬੇਸ਼ੁਮਾਰ ਫੌਜ ਔਰ ਤੋਪਾਂ ਗੋਲਾ ਬਾਰੂਦ ਲੈ ਕੇ ਇਸ ਕਿਲੇ ਉੱਤੇ ਚੜ੍ਹ ਕੇ ਆਇਆ ਹੈ, ਇਸ ਕਿਲੇ ਦੀ ਹਿਫਾਜ਼ਤ ਵਾਸਤੇ ਕੇਵਲ 1,000 ਗੁਰੂ ਤੇ ਸਿੰਘ ਸੂਰੇ ਇਸ ਕਿਲੇ ਦੇ ਅੰਦਰ ਮੌਜੂਦ ਨੇ, ਕੱਲ ਵੀ ਆਪਣੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾ ਰਹੀ ਸੀ, ਸਤਿਕਾਰਯੋਗ ਸਾਧ ਸੰਗਤ ਜੀਓ, ਇਤਿਹਾਸਕਾਰ ਲਿਖਦੇ ਨੇ ਕਿ 28 ਅਪ੍ਰੈਲ ਸੰਨ 1837 ਈਸਵੀ ਇਹ ਜੰਗ ਆਰੰਭ ਹੁੰਦੀ ਹੈ, ਸਾਰਾ ਦਿਨ ਜੰਗ ਹੁੰਦੀ ਰਹੀ, ਮਾਵਾਂ ਦੇ ਲਾਲ ਡਿੱਗਦੇ ਰਹੇ, ਲੋਕ ਤੇ ਲੋਕ ਡਿੱਗਦੀ ਰਹੀ, ਪਰ ਜਿੱਤਦੇ ਜਾ ਆਏ ਹੋਏ ਵੈਰੀਆਂ ਦੇ ਦਿਲਾਂ ਵਿੱਚ ਨੱਥ ਗਏ, ਅਗਲਾ ਦਿਨ ਚੜ੍ਹਿਆ ਭਗਤ ਸਾਹਿਬ ਪੜ੍ਹ ਕੇ ਫਜ਼ਲ ਦੀ ਨਮਾਜ਼, ਗਾਜ਼ੀਆਂ ਨੇ ਫਿਰ ਇਸ ਕਿਲੇ ਉੱਤੇ ਜਮਾਓ ਦੇ ਕਿਲੇ ਉੱਤੇ ਦੁਬਾਰਾ ਹੱਲਾ ਕਰ ਦਿੱਤਾ ਹੈ, ਸਾਰਾ ਦਿਨ ਉਸੇ ਤਰ੍ਹਾਂ ਜੰਗ ਹੁੰਦੀ ਰਹੀ, ਜੰਗ ਦਾ ਕੋਈ ਵੀ ਸਿੱਟਾ ਨਾ ਨਿਕਲ ਸਕਿਆ, ਪਰ ਜਿੰਨੀ ਦੇਰ ਤੱਕ ਸ਼ਾਮ ਹੁੰਦੀ ਹੈ, ਸ਼ਾਮ ਹੁੰਦਿਆਂ ਹੁੰਦਿਆਂ ਕਿਲਾ ਜਮਾਓ ਦੀ ਉਹ ਵਾਹੀ ਕਿਹੜੀ ਤਰ੍ਹਾਂ ਖੈਬਰ ਵਾਲੇ ਪਾਸੇ ਦੀ ਦੀਵਾਰ ਹੈ ਕੰਧ ਹੈ, ਕਹਿੰਦੇ ਨੇ ਉਸ ਕੰਧ ਵਿੱਚ ਇੱਕ ਬੜਾ ਵੱਡਾ ਪਾੜ ਪੈ ਗਿਆ, ਉਧਰੋਂ ਹਨੇਰਾ ਹੋ ਗਿਆ, ਉਧਰੋਂ ਕੰਧ ਨਿਕ ਪਈ, ਤੇ ਜੰਗ ਹੋ ਗਈ ਬੰਦ, ਜਦੋਂ ਸ਼ਾਮ ਦਾ ਸਮਾਂ ਹੋ ਗਿਆ ਗਾਜ਼ੀਆਂ ਤੇ ਅੱਲਾ ਦਾ ਸ਼ੁਕਰ ਕੀਤਾ, ਇਹਦਾ ਦੂਜੇ ਪਾਸੇ ਜਥੇਦਾਰ ਮਹਾਂ ਸਿੰਘ ਜਿਹੜਾ ਸ਼ਕਲੇ ਦਾ ਜਥੇਦਾਰ ਹੈ, ਉਹਨੇ ਬੱਜੀ ਬੁੱਧੀ ਖਾਲਸਾ ਫੌਜ, ਕਿਉਂਕਿ ਬਹੁਤ ਸਾਰੇ ਹੀਰੇ ਸ਼ਹੀਦ ਵੀ ਹੋ ਚੁੱਕੇ ਹੈ, ਤੇ ਜਿਤਨੇ ਕੁਛ ਬਚੇ ਨੇ ਸਾਰਿਆਂ ਨੂੰ ਇਕੱਠਾ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਅੰਦਰ, ਕਹਿਣ ਲੱਗਾ ਗੁਰੂ ਪਿਆਰੇ ਖਾਲਸਾ ਜੀ, ਇਸ ਵੇਲੇ ਸਾਡੇ ਸਾਹਮਣੇ ਮੂਲ ਰੂਪ ਚ ਦੋ ਡਿਊਟੀਆਂ ਹਨ, ਦੋ ਜ਼ਰੂਰੀ ਕੰਮ ਨੇ, ਖਾਲਸੇ ਨੇ ਪੁੱਛਿਆ ਦੱਸੋ ਜਥੇਦਾਰ ਜੀ ਕੀ ਹੁਕਮ ਹੈ, ਉਹਨੇ ਆਖਿਆ ਪਹਿਲਾ ਕੰਮ ਇਹ ਹੈ, ਆਹ ਜਿਹੜੀ ਕਿਲਾ ਜਮਾਓ ਦੀ ਖੱਬੀ ਬਾਹੀ ਡਿੱਗ ਚੁੱਕੀ ਹੈ, ਰਾਤੋਂ ਰਾਤ ਭਰ ਕੇ ਮਿੱਟੀ ਦੀਆਂ ਬੋਰੀਆਂ, ਸਵੇਰ ਨੂੰ ਸਾਨੂੰ ਲੜਨ ਵਾਸਤੇ ਇਹ ਮੋਰਚਾ ਤਿਆਰ ਕਰਨਾ ਪਏਗਾ, ਕੁਝ ਸਿੰਘ ਉੱਠੇ ਜੈਕਾਰੇ ਛੱਡੇ ਹੱਥਾਂ ਵਿੱਚ ਲੈ ਵੇਚ ਕੇ ਬੋਰੀਆਂ ਭਰੀਆਂ, ਦੀਵਾਰ ਨੂੰ ਪੂਰਨ ਦਾ ਕੰਮ ਆਰੰਭ ਕਰ ਦਿੱਤਾ ਹੈ, ਖਾਲਸੇ ਨੇ ਪੁੱਛਿਆ ਜਥੇਦਾਰ ਜੀ ਦੂਜਾ ਅਹਿਮ ਕੰਮ ਕੀ ਹੈ, ਉਹਨੇ ਆਖਿਆ ਦੂਜਾ ਵੱਡਾ ਜ਼ਰੂਰੀ ਤੇ ਇਹ ਕੰਮ ਇਹ ਹੈ ਕਿ ਜਥੇਦਾਰ ਸਰਦਾਰ ਹਰੀ ਸਿੰਘ ਹੋਊਗਾ ਜਿਹੜਾ ਪਿਸ਼ਾਵਰ ਦੇ ਕਿਲੇ ਵਿੱਚ ਬਿਮਾਰ ਪਿਆ ਹੋਇਆ ਹੈ, ਉਹਦੇ ਕੋਲ 8,000 ਖਾਲਸਾ ਫੌਜ ਹੈ, ਅਗਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋ ਜਾਏ ਜਥੇਦਾਰ ਸਰਦਾਰ ਹਰੀ ਸਿੰਘ ਅਗੂਆ ਆਪ ਆ ਜਾਏ ਤਾਂ ਕਿਆ ਕਹਿਣੇ ਨੇ, ਪਰ ਜੇ ਜਥੇਦਾਰ ਜੀ ਬਿਮਾਰ ਹਨ ਆਪ ਨਹੀਂ ਆ ਸਕਦੇ, 8,000 ਖਾਲਸਾ ਫੌਜ ਸਾਡੀ ਮਦਦ ਵਾਸਤੇ ਆ ਜਾਏ, ਗੁਰੂ ਦੇ ਖਾਲਸੇ ਨਹੀਂ ਚੜ੍ਹਦੀ ਕਲਾ ਦੀ ਜਿੱਤ ਹੋਵੇਗੀ, ਸਨਮਾਨ ਯੋਗ ਸਾਧ ਸੰਗਤ ਇੰਨੇ ਬਦਲ ਕਹਿ ਕੇ ਜਥੇਦਾਰ ਵੇਟ ਕਰ ਰਿਹਾ ਵੀ ਕੌਣ ਰੁਲਾ ਹੈ, ਉਹਨੇ ਆਖਿਆ ਜ਼ਰੂਰਤ ਹੈ, ਆ ਮੈਂ ਇੱਕ ਪੱਤਰਿਕਾ ਲਿਖੀ ਹੈ ਇਹ ਸਰਦਾਰ ਹਰੀ ਸਿੰਘ ਨਲੂਏ ਦੇ ਜੰਮਾਂ ਵਿੱਚ ਪਹੁੰਚਣੀ ਹੈ ਔਰ ਇਹਨੂੰ ਲੈ ਕੇ ਜਾਣ ਦੀ ਡਿਊਟੀ ਕਿਸੇ ਸੂਰਮੇ ਦੀ ਕਿਸੇ ਸਿੰਘ ਦੀ ਲਗਾਉਣੀ ਹੈ, ਉਹ ਤਾਂ ਵੇਟ ਪੈ ਸੀ ਵੀ ਪੈ ਸੀ, ਕੌਣ ਉੱਠਦਾ ਆਪਣੇ ਆਪ ਨੂੰ ਪੇਸ਼ ਕਰਦਾ ਹੈ, ਅੱਜ ਸਿੰਘ ਨਹੀਂ ਉੱਠੇ ਪਰ ਬੈਠੇ ਹੋਏ ਗੁਰੂ ਦੇ ਖਾਲਸੇ ਵਿੱਚ ਇੱਕ ਨੌਜਵਾਨ ਇੱਕ ਮੁਟਿਆਰ ਸ਼ੇਰ ਬੱਚੀ ਗੁਰੂ ਦੀ ਮਾਰ ਕੇ ਸ਼ਾਲਟ ਖੜੀ ਹੋਈ ਹੈ, ਇਹਦਾ ਨਾਮ ਇਤਿਹਾਸਕਾਰਾਂ ਨੇ ਬੀਬੀ ਹਰਸ਼ਰਮ ਕੌਰ ਲਿਖਿਆ ਹੈ, ਇਹਨੇ ਮਾਰੀ ਸਾਲ ਪਾ ਕੇ ਗੱਲ ਪੱਲਾ ਜਦ
ਤੇ ਬੀਬੀ ਹਰਸ਼ਰਤ ਕੌਰ ਪਤਕਾ ਲੈ ਕੇ ਜਾਂਦੀ Thank you.
ਸਾਧ ਸੰਗਤ ਜੀਓ, ਬੀਬੀ ਹਰਸ਼ਰਨ ਕੌਰ ਮਾਰ ਕੇ ਸ਼ਾਰਤ ਖੜੀ ਹੋਈ ਹੈ। ਬੈਠੇ ਨੇ ਗੁਰੂ ਕੇ ਸੂਰਮੇ ਸਿੰਘ, ਪਰ ਇੰਨੇ ਬੈਠੇ ਹੋਏ ਸਿੰਘਾਂ ਦੇ ਵਿੱਚੋਂ ਇੱਕ ਸਿੰਘਣੀ ਉੱਠ ਕੇ ਗੁਜ਼ਾਰਿਸ਼ ਕਰਦੀ ਹੈ, ਇਸ ਪੱਤਰਕਾਰ ਨੂੰ ਲੈ ਕੇ ਮੈਂ ਜਾਵਾਂਗੀ। ਜਦੋਂ ਇਹ ਗੱਲ ਸੁਣੀ ਨੌਜਵਾਨਾਂ ਦੇ ਗੋਲੇ ਫਰਕ ਉੱਠੇ, ਕਹਿਣ ਲੱਗੇ ਜਥੇਦਾਰ ਜੀ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਦੁਸ਼ਮਣ ਹੈ, 40,000 ਦੀ ਗਿਣਤੀ ਵਿੱਚ ਦੁਸ਼ਮਣ ਬੈਠਾ ਹੈ, ਤੇ ਕੌਮ ਦੀਆਂ ਬੱਚੀਆਂ, ਕੌਮ ਦੀਆਂ ਮਾਤਾਵਾਂ, ਕੌਮ ਦੀਆਂ ਭੈਣਾਂ, ਕੌਮ ਦੀ ਇੱਜ਼ਤ ਹੁੰਦੀਆਂ ਹਨ, ਤੇ ਸਾਡੇ ਹੁੰਦੇ ਹੋਏ ਆ, ਇੰਨੇ ਨੌਜਵਾਨਾਂ ਦੇ ਹੁੰਦਿਆਂ ਹੋਇਆ ਇੱਕ ਬੀਬੀ ਜਾਏ, ਇੱਕ ਭੈਣ ਜਾਏ, ਇਹ ਗੱਲ ਸਾਨੂੰ ਗਵਾਰਾ ਨਹੀਂ। ਬੀਬੀ ਹਰਸ਼ਰਨ ਕੌਰ, ਭੈਣ ਹਰਸ਼ਰਨ ਕੌਰ ਨੂੰ ਇਸਦਾ ਵੀ ਇਜਾਜ਼ਤ ਬਿਲਕੁਲ ਹੀ ਨਹੀਂ ਚਾਹੀਦੀ। ਸਤਿਕਾਰ ਯੋਗ ਸਾਧ ਸੰਗਤ ਜੀਓ, ਸਿੱਖ ਕੌਮ ਦੇ ਮਹਾਨ ਵਿਦਵਾਨ ਹੋਏ ਨੇ ਸਤਿਕਾਰ ਯੋਗ ਭਾਈ ਸਾਹਿਬ ਭਾਈ ਧਾਨ ਸਿੰਘ ਜੀ ਨਾਭਾ, ਉਹਨਾਂ ਨੇ ਕੌਮ ਨੂੰ ਬੜੀਆਂ ਵਡਮੁੱਲੀਆਂ ਦੇਣਾ ਦਿੱਤੀਆਂ ਨੇ। ਬੜਾ ਨਵੇਰਾ ਸਮਾਂ, ਬੜੀ ਜ਼ਿੰਦਗੀ ਦੀ ਉਹਨਾਂ ਨੇ ਧਾਰਨਾ ਕਰ ਲਈ ਹੈ। ਕੌਮ ਦੀ ਝੋਲੀ ਦੇ ਵਿੱਚ ਬੜੇ ਵਡਮੁੱਲੇ ਗ੍ਰੰਥ ਪਾਏ ਨੇ ਭਾਈ ਸਾਹਿਬ ਭਾਈ ਧਾਨ ਸਿੰਘ ਜੀ ਨਾਭਾ ਨੇ, ਔਰ ਉਹਨਾਂ ਹੀ ਗ੍ਰੰਥਾਂ ਵਿੱਚੋਂ ਇੱਕ ਗ੍ਰੰਥ ਹੈ ਜਿਹਨੂੰ ਅਸੀਂ ਮਹਾਨ ਕੋਸ਼ ਕਹਿੰਦੇ ਹਾਂ, ਪੰਜਾਬੀ ਡਿਕਸ਼ਨਰੀ ਵੀ ਕਹਿ ਸਕਦੇ ਹੋ, ਪੰਜਾਬੀ ਦਾ ਕੋਈ ਵੀ ਲਫ਼ਜ਼ ਜਿਹੜਾ ਤੁਹਾਡੀ ਸਮਝ ਵਿੱਚ ਨਾ ਆਵੇ, ਭਾਈ ਸਾਹਿਬ ਭਾਈ ਧਾਨ ਸਿੰਘ ਜੀ ਨਾਭਾ ਰਚਿਤ ਮਹਾਨ ਕੋਸ਼ ਖੋਲੋ, ਔਰ ਉਹਦੇ ਵਿੱਚ ਉਹਦਾ ਅਰਥ, ਉਹਦਾ ਮੀਨਿੰਗ ਤੁਸੀਂ ਕਰਕੇ ਦੇਖ ਸਕਦੇ ਹੋ। ਭਾਈ ਧਾਨ ਸਿੰਘ ਜੀ ਨਾਭਾ ਜਦੋਂ ਹਰਸ਼ਰਨ ਕੌਰ ਦੀ ਬਾਬਤ ਲਿਖਦੇ ਹੈ, ਤੇ ਮਹਾਨ ਕੋਸ਼ ਨੂੰ ਬਕਾਇਦਾ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ, ਕਹਿਣ ਲੱਗੇ ਗੁਰੂ ਕਹਿ ਰਹੇ ਖਾਲਸਾ ਜੀ, ਵਾਹਿਗੁਰੂ ਜਾਣਦਾ ਹੈ, ਪਰਮੇਸ਼ਰ ਜਾਣਦਾ ਵੀ ਕਿਤਨੀਆਂ ਕੁ ਹਰਸ਼ਰਨ ਕੌਰ ਸਿੱਖ ਕੌਮ ਵਿੱਚ ਪੈਦਾ ਹੋਈਆਂ ਨੇ। ਉਹ ਕਹਿੰਦੇ ਨੇ ਇਹੋ ਜਿਹੀਆਂ ਬਹੁਤ ਹੋਈਆਂ ਜਿਨ੍ਹਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਪਰ ਉਹਨਾਂ ਦਾ ਨਾਮ ਇਤਿਹਾਸ ਵਿੱਚ ਦਰਜ ਨਹੀਂ ਹੋ ਸਕਿਆ, ਇਹ ਵੀ ਯਾਦ ਰੱਖਣ ਯੋਗ ਗੱਲ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਿਨਾਂ ਸ਼ੱਕ ਦੀ ਇਸ ਗੱਲ ਦੀ ਪੇਸ਼ਕਾਰੀ ਬਹੁਤ ਘੱਟ ਹੁੰਦੀ ਹੈ, ਪਰ ਸਿੱਖ ਇਤਿਹਾਸ ਗਵਾਹੀ ਭਰਦਾ ਕਿ ਜਿਤਨੇ ਮਹਾਨ ਗੁਰੂ ਕੇ ਸਿੰਘਾਂ ਨੇ ਮਾਰੇ ਨੇ, ਗੁਰੂ ਦੀਆਂ ਸਿੰਘੀਆਂ ਵੀ ਕਿਸੇ ਤੱਕ ਤੋਂ ਪਿੱਛੇ ਨਹੀਂ ਰਹੀਆਂ। ਪਰ ਕਦੇ ਕਦੇ ਮਨ ਦੇ ਵਿੱਚ ਇਸ ਗੱਲ ਦਾ ਅਫਸੋਸ ਜ਼ਰੂਰ ਹੁੰਦਾ ਕਿ ਇਸ ਚੀਜ਼ ਦੀ ਪੇਸ਼ਕਾਰੀ ਨਹੀਂ ਹੋਈ। ਕਦੇ ਤੱਕ ਉਹ ਸਮਾਂ ਸਨ 1675 ਈਸਵੀ ਦਾ ਸਾਲ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਤੁਰਨ ਲੱਗੇ ਹੈ, ਦਿੱਲੀ ਨੂੰ। ਤੇ ਜਾਣਦੇ ਅਸੀਂ ਸਿੱਖ ਸੰਗਤਾਂ, ਗਰੀਬ ਰਾਜ ਪਾਤਸ਼ਾਹ ਦਿੱਲੀ ਨੂੰ ਚੱਲੇ ਆ, ਤੇ ਉਸ ਬਾਦਸ਼ਾਹ ਕੋਲ ਚੱਲੇ ਹੈ ਜਿਹੜਾ ਆਪਣੇ ਪਿਓ ਦਾ ਸਕਾ ਨਹੀਂ ਬਣਿਆ, ਕਿਉਂਕਿ ਔਰੰਗਜ਼ੇਬ ਬਾਦਸ਼ਾਹ ਸੀ, ਉਹਨੇ ਆਪਣੇ ਪਿਤਾ ਨੂੰ ਮੌਤ ਦੇ ਘਰ ਉਤਾਰਿਆ, ਉਹਨੇ ਭਰਾ ਕਤਲ ਕੀਤੇ ਹੈ, ਉਹਨੇ ਛੋਟੇ ਛੋਟੇ ਭਤੀਜਿਆਂ ਦਾ ਕਤਲ ਕੀਤਾ ਹੈ, ਜਿਹੜਾ ਆਪਣੇ ਪਰਿਵਾਰ ਦਾ ਸਕਾ ਨਹੀਂ ਬਣਿਆ, ਉਹ ਕਿਸੇ ਦਾ ਕੀ ਸਕਾ ਹੋਵੇਗਾ। ਮਾਤਾ ਗੁਜਰੀ ਜੀ ਵੀ ਦੱਸਦੇ ਸਨ ਵੀ ਸਰੀਰਕ ਕਰਕੇ, ਸਰੀਰ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੀ ਇਹ ਅੰਤਮ, ਉਹਨਾਂ ਦੇ ਇਹ ਅੰਤਮ ਦਰਸ਼ਨ ਹਨ। ਜਦੋਂ ਤੁਰ ਲੱਗੇ ਹਜ਼ੂਰ, ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਾਲ ਗੋਬਿੰਦ ਰਾਏ ਜੀ ਨੂੰ ਪ੍ਰਭਾਸ ਦਿੱਤਾ, ਮਾਤਾ ਗੁਜਰੀ ਜੀ ਨੂੰ ਆਸ਼ੀਰਵਾਦ ਦਿੱਤੀ, ਔਰ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਤੇ ਕਦੇ ਤੱਕੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਹਾਨ ਕੁਰਬਾਨੀ ਤਾਂ ਅਸੀਂ ਸਾਰੇ ਯਾਦ ਕਰਦੇ ਹਾਂ, ਪਰ ਕਦੇ ਉਸ ਵੇਲੇ ਮਾਤਾ ਗੁਜਰੀ ਜੀ ਦਾ ਅੰਦਰ, ਉਹਨਾਂ ਦੇ ਅੰਦਰ ਕਦੇ ਜਾ ਕੇ ਵੇਖੋ ਸਤਿਕਾਰਯੋਗ ਸਾਧ ਸੰਗਤ ਜੀ, ਉਹ ਕਿਤਨਾ ਵਿਸ਼ਾਲ ਹਿਰਦਾ ਹੋਵੇਗਾ ਮਾਤਾ ਗੁਜਰੀ ਜੀ ਦਾ। ਜਦੋਂ ਸੱਚੇ ਪਾਤਸ਼ਾਹ ਗੁਰੂ ਅੱਗੇ ਮੱਥਾ ਟੇਕ ਕੇ ਮਾਤਾ ਗੁਜਰੀ ਜੀ ਨੇ ਅਰਜ ਕੀਤੀ, ਸੱਚੇ ਪਾਤਸ਼ਾਹ ਤੁਸੀਂ ਆਪਣੀ ਤੋੜ ਨਿਭਾਉਣ ਵਾਸਤੇ ਚੱਲੇ ਹੋ, ਮੇਰੇ ਉੱਤੇ ਰਹਿਮਤ ਕਰਨੀ, ਮੇਰੀ ਜਿੰਦਗੀ ਕੋ ਜ਼ਿੰਦਗੀ ਬਚੀ ਹੈ, ਸਿੱਖੀ ਕੇਸਾਂ ਸਵਾਸਾ ਸੰਗ ਨਿਭ ਜਾ ਕੇ। ਫਿਰ ਇੱਕ ਇਹੋ ਜਿਹਾ ਸਮਾਂ ਵੀ ਆਇਆ ਸਾਧ ਸੰਗਤ ਜੀਓ, ਇੱਕ ਇਹੋ ਜਿਹਾ ਸਮਾਂ ਵੀ ਆਇਆ ਜਦੋਂ ਦਿੱਲੀ ਦੀ ਧਰਤੀ ਤੋਂ ਭਾਈ ਜਗਤਾ ਰੰਗਰੇਟਾ ਫੁਰਕਾ ਬੇਟਾ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਏ, ਉਹ ਕੈਸਾ ਸੀਨ ਹੋਵੇਗਾ। ਮਾਤਾ ਗੁਜਰੀ ਜੀ ਉਸ ਵੇਲੇ ਤੋਂ ਦਰਸ਼ਨ ਇਦਾਰੇ ਕੀਤੇ ਹੋਣਗੇ ਬਗੈਰ ਧਰ ਪਤੀ ਦੇ ਸੀਸ ਦੇ, ਉਹ ਕੈਸਾ ਸਮਾਂ ਹੋਵੇਗਾ, ਉਹ ਕੈਸਾ ਮਾਹੌਲ ਹੋਵੇਗਾ। ਪਰ ਕਿਤੇ
ਕਿਸੇ ਇਤਿਹਾਸਕਾਰਾਂ ਨੇ ਨਹੀਂ ਲਿਖਿਆ ਕਿ ਮਾਤਾ ਗੁਜਰੀ ਜੀ ਨੇ ਕਦੇ ਮਨ ਲਾਇਆ ਹੋਵੇਗਾ। ਯਾਦ ਰੱਖੋ ਬੜੇ ਬੜੇ ਤਕੜੇ ਮਾਂ ਕਿਸੇ ਇਤਿਹਾਸ ਦੇ ਵਿੱਚ ਬੀਬੀਆਂ ਨੇ ਮਾਰੇ ਹੈ। ਔਰ ਜਿਸ ਬੀਬੀ ਹਰਸ਼ਰਨ ਕੌਰ ਦੀ ਬਾਤ ਮੈਂ ਪਾ ਰਿਹਾ ਹੈਗਾ, ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਦੋ ਹਰਸ਼ਰਨ ਕੌਰ ਸਿੱਖ ਇਤਿਹਾਸ ਅੰਦਰ ਹੋਈਆਂ ਨੇ ਜਿਨ੍ਹਾਂ ਦਾ ਨਾਮ ਸੁਨਹਿਰੀ ਪੱਤਿਆਂ 'ਤੇ ਲਿਖਿਆ ਹੋਇਆ। ਪਹਿਲੀ ਹਰਸ਼ਰਨ ਕੌਰ ਜਦੋਂ ਕਦੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਕਲਗੀ ਤੋਂ ਪਾਤਸ਼ਾਹ ਚਮਕਾਓ ਦੀ ਧਰਤੀ 22 ਦਸੰਬਰ ਸਨ 1740 ਈਸਵੀ ਦਾ ਦਿਨ ਯਾਦ ਰੱਖੋ ਇਹ ਉਹ ਦਿਨ ਨੇ 22 ਤੋਂ ਲੈ ਕੇ 26, 27, 28 ਦਸੰਬਰ ਇਹ ਹਫ਼ਤਾ ਬਣਦਾ ਹੈ ਜਿਹਨੂੰ ਸਿੱਖ ਸੰਗਤਾਂ ਸ਼ਹੀਦੀ ਹਫ਼ਤੇ ਦੇ ਤੌਰ ਤੇ ਮਨਾਉਂਦੀਆਂ ਨੇ। ਇਹਨਾਂ ਦਿਨਾਂ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਸਾਹਿਬਜ਼ਾਦੇ ਔਰ ਕਈ ਜਾਨ ਤੋਂ ਪਿਆਰੇ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਤਿਆਂ ਦਾ ਸ਼ਹੀਦ ਹੁੰਦੇ ਆ। 22 ਦਸੰਬਰ ਸਨ 1704 ਨੂੰ ਚਮਕੌਰ ਦਾ ਯੁੱਧ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸਾ ਪੰਥ ਦਾ ਹੁਕਮ ਆਉਂਦੇ ਹੋਏ ਚਮਕੌਰ ਦੀ ਧਰਤੀ ਤੋਂ ਨਿਕਲ ਜਾਂਦੇ ਹੈ। ਇਹ ਇਤਿਹਾਸ ਇਸ ਵੀਕ ਦੇ ਦਰਮਿਆਨ ਆਪ ਜੀ ਦੇ ਚਰਨਾਂ ਦੇ ਵਿੱਚ ਬਕਾਇਦਾ ਬੇਨਤੀ ਵੀ ਕੀਤੀ ਗਈ ਸੀ। ਹੁਣ ਗੁਰਦੇਵ ਸੱਚੇ ਪਾਤਸ਼ਾਹ ਤਾਂ ਚਮਕੌਰ ਵਿੱਚੋਂ ਨਿਕਲ ਜਾਂਦੇ ਨੇ। ਸਤਿ ਸੰਗਤ ਜੀ ਹੋ ਜਾਂਦੇ ਹੋਏ ਸੱਚੇ ਪਾਤਸ਼ਾਹ ਜੀ ਕਲਗੀ ਟੋੜਾ ਸਰਕਾਰ ਜੋ ਭਾਈ ਸੰਗਤ ਸਿੰਘ ਜੀ ਦੇ ਸੀਸ ਉੱਤੇ ਸਜਾ ਜਾਂਦੇ ਨੇ ਜਿਹੜੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੂ ਹਮ ਸ਼ਕਲ ਨੇ। ਅਗਲਾ ਦਿਨ ਕਹਿੰਦਾ 23 ਦਾ ਇਹ ਵੱਧੇ ਹੋਏ ਸਿੰਘ ਗਲੀ ਦਾ ਦਰਵਾਜ਼ਾ ਖੋਲਦੇ ਹੈ ਲੜਦੇ ਹੋਏ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਹੈ। ਭਾਈ ਸੰਗਤ ਸਿੰਘ ਜੀ ਅਸੀਸ ਕਰਕੇ ਦੁਸ਼ਮਣਾਂ ਦੇ ਮਨਾਂ ਵਿੱਚ ਭੁਲੇਖਾ ਪੈ ਜਾਂਦਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਅਸਾਂ ਵਾਂਗ ਕਦਰ ਕਰਦੇ ਹੈ। ਪਰ ਉਹ ਭੁਲੇਖਾ ਬਹੁਤ ਜਲਦੀ ਨਿਕਲ ਗਿਆ ਜਦੋਂ ਵਜ਼ੀਰ ਖਾਨ ਪਹਿਚਾਣ ਗਿਆ ਇਹ ਅਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਹੀਂ ਹੈ ਗੁਰੂ ਸੱਚੇ ਪਾਤਸ਼ਾਹ ਦੇ ਗੁਰਬਾਸ ਕੇ ਨਿਕਲ ਚੁੱਕੇ ਹੈ। ਹੁਣ ਗੁਰਦੇਵ ਪਾਤਸ਼ਾਹ ਤੋਂ ਚਮਕਾਉ ਤੋਂ ਨਿਕਲ ਕੇ ਮਾਛੀ ਵਾਲੇ ਨੂੰ ਚਲੇ ਗਏ ਤਾਂ ਪਿੱਛੇ ਚਮਕਾਉ ਦੇ ਧਰਤੀ ਦੇ ਜਿਤਨੇ ਵੀ ਸਿੰਘ ਸ਼ਹੀਦ ਹੋਏ ਹੈ ਨਾ ਸ਼ਹੀਦ ਹੋਏ ਸਿੰਘਾਂ ਦੇ ਸਰੀਰ ਚਮਕਾਉ ਦੇ ਮੈਦਾਨ ਵਿੱਚ ਪਏ ਹੋਏ ਹੈ। ਇਤਿਹਾਸਕਾਰਾਂ ਦੀ ਲਿਖਤ ਹੈ ਵੀ ਉਸ ਵੇਲੇ ਸਰਕਾਰੀ ਹੁਕਮ ਪਾ ਕੇ ਇੱਕ ਢੋਚੀ ਚਮਕਾਉ ਦੇ ਇਲਾਕੇ ਤੱਕ ਦੇ ਜਿਹੜੇ ਪਿੰਡ ਨੇ ਨਾ ਉਹਨਾਂ ਪਿੰਡਾਂ ਨੂੰ ਜਾਂਦਾ ਹੈ ਤਾਂ ਢੋਚੀ ਢੋਲਾ ਦਿੰਦਾ ਹੈ ਉਹਦੇ ਨਾਲ ਇੱਕ ਢੋਲਾ ਹੈ ਉਹ ਢੋਲ ਪਾਉਂਦਾ ਹੈ ਢੋਲ ਪਾਉਂਦਾ ਹੈ ਜਦੋਂ ਢੋਲ ਖੜਾ ਕੇ ਹਰ ਜਾਂਦਾ ਹੈ ਫਿਰ ਢੋਚੀ ਢੋਲਾ ਦਿੰਦਾ ਹੈ ਉਹ ਕਹਿੰਦਾ ਸੁਣੋ 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 ਹਕੂਮਤ ਦਾ ਬਾਕੀ ਗੁਰੂ ਗੋਬਿੰਦ ਸਿੰਘ ਉਹਦੇ ਬੱਚੇ ਚਮਕੌਰ ਦੇ ਮੈਦਾਨਾਂ ਤੇ ਮਾਰ ਦਿੱਤੇ ਗਏ ਹੈ ਗੁਰੂ ਗੋਬਿੰਦ ਸਿੰਘ ਦੇ ਬੱਚੇ ਕਤਲ ਕਰ ਦਿੱਤੇ ਗਏ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਬਹੁਤ ਸਾਰੇ ਸਿੱਖ ਕਤਲ ਕਰ ਦਿੱਤੇ ਗਏ ਹੈ ਕਹਿੰਦਾ ਹਰ ਇੱਕ ਆਮ ਤੇ ਖਾਸ ਮਦਦ ਕੀ ਜਾਂਦੀ ਹੈ ਵੀ ਗੁਰੂ ਦਾ ਸਿੰਘ ਤੇ ਗੁਰੂ ਦੇ ਪੁੱਤਰ ਦੇ ਸਰੀਰ ਚਮਕੌਰ ਦੇ ਮੈਦਾਨਾਂ ਤੋਂ ਪਏ ਹੋਏ ਨੇ ਤੇ ਕੋਈ ਵੀ ਸੱਜਣ ਕੋਈ ਵੀ ਇਨਸਾਨ ਉਹਨਾਂ ਸਿੰਘਾਂ ਦੇ ਸਰੀਰਾਂ ਨੂੰ ਸੰਭਾਲਣ ਦੀ ਕੋਸ਼ਿਸ਼ ਨਾ ਕਰੇ ਅਗਰ ਕੋਈ ਹਿਮਾਕਤ ਕਰੇਗਾ ਉਹ ਹਕੂਮਤ ਦਾ ਬਾਕੀ ਐਲਾਨਿਆ ਜਾਏਗਾ ਉਹ ਬਾਕੀ ਕਰਵਾਇਆ ਜਾਏਗਾ ਔਰ ਉਹਨੂੰ ਉਹੀ ਸਜ਼ਾ ਦਿੱਤੀ ਜਾਏਗੀ ਜਿਹੜੀ ਗੁਰੂ ਗੋਬਿੰਦ ਸਿੰਘ ਹਕੂਮਤ ਦੇ ਬਾਕੀ ਨੂੰ ਦਿੱਤੀ ਗਈ ਹੈ ਜਾਂ ਗੁਰੂ ਦੇ ਸਿੰਘਾਂ ਨੂੰ ਦਿੱਤੀ ਗਈ ਹੈ। ਹੁਣ ਢੰਡੋਰਚੀ ਪਿੰਡ ਪਿੰਡ ਢੰਡੋਰਾ ਦਿੰਦਾ ਹੈ ਇਤਿਹਾਸਕਾਰ ਕਹਿੰਦੇ ਨੇ ਵੀ ਢੰਡੋਰਾ ਦਿੰਦਾ ਹੋਇਆ ਢੰਡੋਰਚੀ ਇੱਕ ਨਗਰ ਵਿੱਚ ਪੁੱਜਦਾ ਹੈ ਕਦੋਂ ਉਹਨੇ ਢੰਡੋਰਾ ਦੇਣਾ ਹਮ ਕੀਤਾ ਪਿੰਡ ਦੇ ਸਾਰੇ ਲੋਕਾਂ ਨੇ ਇਸ ਢੰਡੋਰੇ ਨੂੰ ਸੁਣਿਆ ਤੇ ਕਹਿੰਦੇ ਇੱਕ ਪਰਿਵਾਰ ਹੈ ਗੋਸ਼ਿਤ ਪਰਿਵਾਰ ਇੱਕ ਕੱਚਾ ਦਾ ਮਕਾਨ ਹੈ ਉਸ ਮਕਾਨ ਦੇ ਉਸ ਘਰ ਦੇ ਅੰਦਰ ਦੋ ਜੀ ਨੇ ਕੇਵਲ ਦੋ ਜੀ ਪਰਿਵਾਰ ਦਾ ਇੱਕ ਬਜ਼ੁਰਗ ਮਾਂ ਹੈ ਇੱਕ ਨੌਜਵਾਨ ਮੁੰਡਿਆ ਦੀ ਹੈ। ਹੁਣ ਇਹ ਢੰਡੋਰਾ ਉਸ ਬਜ਼ੁਰਗ ਮਾਂ ਨੇ ਸੁਣਿਆ ਜਦੋਂ ਢੰਡੋਰਾ ਸੁਣਿਆ ਨਾ ਉਹਦੇ ਹਿਰਦੇ ਦਾ ਕਰ ਪਾਰ ਉੱਠਿਆ ਹੱਥ ਉਹਦੇ ਅਰਦਾਸ ਵਿੱਚ ਜੁੜ ਗਏ ਕਹਿਣ ਲੱਗੀ ਹੈ ਕਲਗੀ ਧਰ ਸੱਚੇ ਪਾਤਸ਼ਾਹ ਮੈਂ ਕਿੱਡੀ ਵੱਡੀ ਵਿਭਾਗੀ ਹੈ ਹੇ ਸੱਚੇ ਪਾਤਸ਼ਾਹ ਤੁਸੀਂ ਸਾਡੀ ਖਾਤਰ ਅਨੰਦਪੁਰ ਸਾਹਿਬ ਛੱਡ ਦਿੱਤਾ ਤੁਸੀਂ ਸਾਡੀ ਖਾਤਰ ਆਪਣੇ ਰਾਜ ਦੁਲਾਰੇ ਸ਼ਹੀਦ ਕਰਵਾ ਰਹੇ ਜਾਨ ਤੋਂ ਪਿਆਰੇ ਸਿੰਘ ਤੁਸਾਂ ਦੇ ਸ਼ਹੀਦ ਹੋ ਗਏ ਤੇ ਸੱਚੇ ਪਾਤਸ਼ਾਹ ਅੱਜ ਤੁਹਾਡੇ ਸਿੰਘਾਂ ਦੇ ਸ਼ਬਦ ਅੱਜ ਤੁਹਾਡੇ ਸ਼ਹੀਦ ਹੋਏ ਪੁੱਤਰਾਂ ਦੇ ਜਿਹੜੇ ਸਰੀਰ ਨੇ ਉਹ
ਮੈਂ ਕੋਈ ਅੰਕੁਰ ਸੇਵਾ ਵੀ ਨਹੀਂ ਕਰ ਸਕਦੀ ਸੱਚੇ ਪਾਤਸ਼ਾਹ ਮੈਂ ਕਿੰਨੀ ਭਾਗੀ ਹੈ ਇਹ ਅਰਦਾਸ ਕਰਦੀ ਹੈ ਮਾਂ ਨਾਲੇ ਅਰਦਾਸ ਕਰਦੀ ਤੇ ਨਾਲੇ ਸ਼ਮ ਸ਼ਮ ਨੈਣਾ ਵਿੱਚੋਂ ਨੀਰ ਰਹਿੰਦਾ ਹੈ ਹੁਣ ਕੋਲ ਖਲੋਤੀ ਨੌਜਵਾਨ ਮਟਿਆ ਕੀ ਇਹ ਸਾਰੀ ਗੱਲਬਾਤ ਨੂੰ ਸੁਣਦੀ ਹੈ ਜਦੋਂ ਧੀ ਨੇ ਸੁਣੀ ਨਾ ਸਾਰੀ ਵਾਰਤਾਲਾਪ ਸੁਣੀ ਮਾਂ ਦੀ ਅਰਦਾਸ ਸੁਣੀ ਤੇ ਮਾਂ ਦੇ ਕੋਲ ਆਈ ਮਾਂ ਮੈਂ ਤੇਰਾ ਸ਼ਹੀਦ ਹੋਇਆ ਪਤੀ ਤੇ ਮੇਰੇ ਸ਼ਹੀਦ ਹੋ ਚੁੱਕੇ ਪਿਤਾ ਜੀ ਨੂੰ ਵਾਪਸ ਨਹੀਂ ਲਿਆ ਸਕਦੀ ਮਾਂ ਪਿਤਾ ਜੀ ਤਾਂ ਵਾਪਸ ਨਹੀਂ ਲਿਆ ਸਕਦੇ ਪਰ ਯਾਦ ਰੱਖ ਮੈਂ ਤੇਰਾ ਪੁੱਤਰ ਤਾਂ ਬਣ ਕੇ ਵਿਖਾ ਸਕਦੀ ਹੈ ਨਹੀਂ ਧੀਏ ਤੂੰ ਕਿਵੇਂ ਜਾਏਗੀ ਤੂੰ ਕੀ ਕਰੇਗੀ ਉਹਨੇ ਆਖਿਆ ਮਾਂ ਸ਼ਹੀਦ ਹੋ ਚੁੱਕੇ ਦੋਵੇਂ ਵੀਰ ਬਾਬਾ ਅਜੀਤ ਸਿੰਘ ਤੇ ਜੁਗਾਰ ਸਿੰਘ ਉਹਨਾਂ ਦੇ ਸਰੀਰਾਂ ਦੀ ਅੰਤਮ ਕਿਰਿਆ ਅੰਤਮ ਸੰਸਕਾਰ ਦੀ ਸੇਵਾ ਮੈਂ ਕਰਾਂਗੀ ਉਹਨੇ ਆਖਿਆ ਧੀਏ ਤੂੰ ਕਿਵੇਂ ਕਰੇਗੀ ਹਜ਼ਾਰਾਂ ਦੀ ਗਿਣਤੀ ਵਿੱਚ ਪੈਰ ਹੈ ਉੱਥੇ ਦੁਸ਼ਮਣ ਦੇ ਸਿਪਾਹੀ ਹੁੰਦੇ ਨੇ ਤੇ ਬਕਾਇਦਾ ਐਲਾਨ ਕੀਤਾ ਗਿਆ ਹੈ ਕਿ ਜਿਹੜਾ ਗੁਰੂ ਦੇ ਸਿੰਘਾਂ ਦੀ ਜਾਂ ਗੁਰੂ ਦੇ ਪੁੱਤਰਾਂ ਦੇ ਸਰੀਰਾਂ ਦੀ ਸੇਵਾ ਕਰੇਗਾ ਉਹਨੂੰ ਬਾਕੀ ਗੱਲਾਂ ਨਹੀਂ ਡਰੇਗਾ ਪਰ ਤੂੰ ਕਿਵੇਂ ਕਰੇਗੀ ਉਹਨੇ ਆਖਿਆ ਬਸ ਮੈਨੂੰ ਤੇਰਾ ਆਸ਼ੀਰਵਾਦ ਚਾਹੀਦਾ ਗੁਰੂ ਚਰਨਾਂ ਵਿੱਚ ਅਰਦਾਸ ਕਰ ਰਹੀ ਤੇ ਸਰਕਾਰ ਨੂੰ ਸਾਧ ਸੰਗਤ ਇਸ ਬੱਚੀ ਦਾ ਨਾਮ ਹੀ ਸਿੱਖ ਇਤਿਹਾਸ ਕਰਨ ਨੇ ਹਰ ਸ਼ਬਦ ਕੋ ਲਿਖਿਆ ਇਹ ਜਿਹਨੇ ਮਾਂ ਕੋਲ ਅਸੀਸ ਲੈ ਕੇ ਸੁਣੀ ਅੱਧੀ ਕੋ ਰਾਤ ਦਾ ਸਮਾਂ ਇਹ ਚਮਕੌਰ ਦੇ ਮੈਦਾਨ ਉੱਤੇ ਪਹੁੰਚੀ ਇਹਨੇ ਉਸ ਵੇਲੇ ਰਾਤ ਦੇ ਹਨੇਰੇ ਦਾ ਫਾਇਦਾ ਸੁਣਿਆ ਹੋਇਆ ਬਾਬਾ ਅਜੀਤ ਸਿੰਘ ਸਾਹਿਬ ਜੀ ਬਾਬਾ ਜਧਾਰ ਸਿੰਘ ਸਾਹਿਬ ਜੀ ਔਰ ਹੋਰ ਜਿੰਨੇ ਕੁ ਸਿੰਘਾਂ ਦੇ ਸਰੀਰਾਂ ਦੀ ਪਹਿਚਾਣ ਕਰ ਸਕੀ ਇਸ ਬੱਚੀ ਨੇ ਪਛਾਣੇ ਹੈ ਪਛਾਣ ਕੇ ਸਾਰੇ ਸਰੀਰ ਇਕੱਠੇ ਕੀਤੇ ਇੱਕ ਸਾਂਝੀ ਚਿਖਾ ਚੜ੍ਹ ਦਿੱਤੀ ਚਿਣ ਕੇ ਸਾਂਝੀ ਚਿਖਾ ਸਰੀਰ ਚਿਖਾ ਵਿੱਚ ਟਿਕਾਏ ਹੈ ਔਰ ਸਾਧ ਸੰਗਤ ਚਿਖਾ ਵਿੱਚ ਟਿਕਾ ਕੇ ਸਰੀਰਾਂ ਨੂੰ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੇ ਸੱਚੇ ਪਾਤਸ਼ਾਹ ਆਹ ਕਿਤਨੇ ਵੱਡੇ ਭਾਗਾਂ ਵਾਲੇ ਨੇ ਆ ਮਹਾਂਪੁਰਸ਼ ਜਿਨ੍ਹਾਂ ਦੀਆਂ ਸ਼ਹਾਦਤਾਂ ਤੇਰੇ ਪੁੱਤਰਾਂ ਦੇ ਨਾਲ ਹੋਈਆਂ ਬਾਬਾ ਅਜੀਤ ਸਿੰਘ ਬਾਬਾ ਜਧਾਰ ਸਿੰਘ ਔਰ ਇਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਗੁਰੂ ਕੇ ਸਿੰਘ ਕਿਤਨੇ ਵੱਡੇ ਭਾਗਾਂ ਵਾਲੇ ਹੈ ਮੈਂ ਕਿਤਨੀ ਭਾਗੀ ਹਾਂ ਸੱਚੇ ਪਾਤਸ਼ਾਹ ਕਾਸ਼ ਆ ਜਿਵੇਂ ਵੀਰ ਅਜੀਤ ਸਿੰਘ ਦਾ ਅੰਤਮ ਸੰਸਕਾਰ ਹੋਣ ਲੱਗਾ ਅੱਜ ਜਿਸ ਸਿੱਖਾਂ ਵਿੱਚ ਮੇਰੇ ਵੀਰ ਜੁਧਾਰ ਸਿੰਘ ਦਾ ਅੰਤਮ ਸੰਸਕਾਰ ਹੋਣ ਲੱਗਾ ਕਾਸ਼ ਕਿਤੇ ਇਹਦੇ ਨਾਲ ਮੇਰਾ ਵੀ ਅੰਤਮ ਸੰਸਕਾਰ ਹੋ ਜਾਂਦਾ ਮੈਂ ਕਿਤਨੀ ਵੱਡੇ ਭਾਗਾਂ ਵਾਲੀ ਹੁੰਦੀ ਅਰਦਾਸ ਕੀਤੀ ਭੈਣ ਨੇ ਅਰਦਾਸ ਕਰਨ ਤੋਂ ਉਪਰੰਤ ਸੋਹਿਲਾ ਸਾਹਿਬ ਬਾਣੀ ਦਾ ਪਾਠ ਆਰੰਭ ਕੀਤਾ ਤੇ ਨਾਲ ਦੀ ਨਾਲ ਚਿੱਖਾ ਨੂੰ ਲਾਹੂ ਦਾ ਉੱਤਰਾ ਲਾਕਾਂ ਨਿਕਲੀਆਂ ਚਿੱਖਾ ਵਿੱਚੋਂ ਜਦੋਂ ਲਾਕਾਂ ਨਿਕਲੀਆਂ ਤੇ ਤੁਰਕ ਸਿਪਾਹੀ ਉਹਨਾਂ ਦੀ ਬਹੁਤ ਵੱਡੀ ਟੁੱਕੜੀ ਜਾ ਕੇ ਪੈ ਗਈ ਉਹਨਾਂ ਨੇ ਬਲਦੀ ਹੋਈ ਚਿੱਖਾ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਹਰ ਸ਼ਬਦ ਤੋਂ ਤਲਵਾਰ ਸੂਤ ਕੇ ਸ਼ੇਰ ਦੀ ਬੱਚੀ ਬਣ ਕੇ ਮੈਦਾਨ ਦੇ ਜੰਗ ਚ ਡਰ ਪੜੋਤੀ ਉਹ ਲੱਗਦੀ ਰਹੀ ਔਰ ਉਹਨੇ ਕਿਸੇ ਵੀ ਤੁਰਕ ਸਿਪਾਹੀ ਨੂੰ ਨਦੀ ਕੱਟ ਕੋ ਦਿੱਤਾ ਅਖੀਰੀ ਇਤਿਹਾਸਕਾਰ ਲਿਖਦੇ ਨੇ ਕਿ ਬਹੁਤ ਵੱਡੀ ਟੁੱਕੜੀ ਪਈ ਉਹਨਾਂ ਨੇ ਸਾਰ ਸ਼ਬਦ ਕੋ ਨੂੰ ਚੁੱਕਿਆ ਔਰ ਬਾਕੀ ਹੋਈ ਚਿਖਾ ਦਸੋਂ ਦਿੱਤਾ ਆਪਣੀ ਕੀਤੀ ਹੋਈ ਅਰਦਾਸ ਨੂੰ ਸੰਪੂਰਨ ਕਰ ਗਈ ਇਸ ਬੱਚੀ ਦਾ ਨਾਮ ਵੀ ਬੀਬੀ ਹਰਸ਼ਰਨ ਕੌਰ ਹੈ ਪਰ ਜਿਸ ਹਰਸ਼ਰਨ ਕੌਰ ਦੀ ਬਾਤ ਪਾਈ ਜਾ ਰਹੀ ਹੈ ਇਹ ਹਰਸ਼ਰਨ ਕੌਰ ਇਹਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਇਹਦੇ ਬਚਪਨ ਦਾ ਨਾਮ ਹੈ ਸ਼ਾਮੀ ਇਹ ਜਵਾਨ ਹੋਈ ਇਹਦੇ ਮਾਪਿਆਂ ਨੇ ਇਹਦਾ ਵਿਆਹ ਹਿੰਦੂ ਰੀਤੀ ਮੁਤਾਬਕ ਕੀਤਾ ਸਾਧ ਸੰਗਤ ਜੀਓ ਜਦੋਂ ਇਹਦਾ ਵਿਆਹ ਹੋਇਆ ਇਹਨੂੰ ਵਿਆਹ ਕੇ ਬਰਾਤ ਵਾਪਸ ਲਿਜਾ ਰਹੀ ਸੀ ਰਸਤੇ ਵਿੱਚੋਂ ਨਿਕਲੀ ਤੇ ਪਠਾਨਾ ਇੱਕ ਟੋਲਾ ਪਿਆ ਔਰ ਕਹਿੰਦੇ ਨੇ ਕਿ ਇਹਨੂੰ ਚੁੱਕੇ ਲੈ ਗਏ ਤੇ ਬਰਾਤੀ ਸਾਰੇ ਬਣਾ ਦਿੱਤੇ ਉਸ ਸਮੇਂ ਸਰਦਾਰ ਹਰੀ ਸਿੰਘ ਨਰੂਆ ਪਿਸ਼ਾਵਰ ਦਾ ਤਾਜ਼ਾ ਤਾਜ਼ਾ ਗਵਰਨਰ ਬਣਿਆ ਕਹਿੰਦੇ ਨੇ ਇਹਦਾ ਸਾਰਾ ਪਰਿਵਾਰ ਇਹਦਾ ਪੇਕਾ ਪਰਿਵਾਰ ਸਾਰੇ ਇਕੱਠੇ ਹੋ ਕੇ ਹਰੀ ਸਿੰਘ ਨਰੂਏ ਦੇ ਪੈਰੀ ਜਾ ਪਏ ਸੁਣੀ ਸਾਰੀ ਗੱਲ ਬਾਤ ਸਰਦਾਰ ਹਰੀ ਸਿੰਘ ਨਰੂਏ ਨੇ ਉਹਨੇ ਉਸੇ ਵੇਲੇ ਇੱਕ ਫੌਜੀ ਟੁੱਕੜੀ ਭੇਜੀ ਔਰ ਇਸ ਬੱਚੀ ਨੂੰ ਛੁਡਾਇਆ ਗਿਆ ਤੇ ਜਦੋਂ ਛੁਡਾ ਕੇ ਲਿਆਂਦਾ ਨਾ ਇਸ ਬੱਚੀ ਨੇ ਆਪਣੇ ਸਾਰੇ ਤੇ ਪੇਕਿਆਂ ਨਾਲ ਜਾਣ ਤੋਂ ਨਾ ਕਰ ਦਿੱਤੀ ਕਹਿਣ ਲੱਗੀ ਪਿਤਾ ਜੀ ਮੈਂ ਇਹਦਾ ਗੁਜਰਾਂ ਨਾਲ ਜਾਣ ਵਾਸਤੇ ਹਰ ਕਿਸ ਤਿਆਰ ਨਹੀਂ ਉਹਨੇ ਆਖਿਆ ਬੇਟਾ ਕਿਉਂ ਇਹ ਤੇਰਾ ਪਰਿਵਾਰ ਹੈ ਉਹਨੇ ਆਖਿਆ ਜਿਹੜੀ ਮੇਰੇ ਪਹਿਲਾਂ ਅੰਦਾ ਨਹੀਂ ਸਦਾ ਸਕੇ ਮੇਰੀ ਇੱਜ਼ਤ ਨਹੀਂ ਬਚਾ ਸਕੇ ਮੈਨੂੰ ਨਹੀਂ ਬਚਾ ਸਕੇ ਉਹ ਕੱਲ੍ਹ ਨੂੰ ਮੇਰਾ ਕੀ ਬਚਾ ਕਰਨਗੇ ਮੇਰੀ ਬੇਨਤੀ ਹੈ ਮੈਂ ਅਮਰਤ ਛਕਣਾ ਚਾਹੁੰਦੀ ਹੈ ਮੈਂ ਗੁਰੂ ਕੇ ਖਾਲਸੇ ਦੀ ਸੇਵਾ ਕਰਨੀ ਚਾਹੁੰਦੀ ਹੈ
ਤੇ ਸਾਧ ਸੰਗਤ ਸਰਦਾਰ ਹਰੀ ਸਿੰਘ ਗਰਮੇ ਨੇ ਪੰਜਾਂ ਸਿੰਘਾਂ ਨੂੰ ਨਾਲ ਲੈ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਇਸ ਪੱਤੀ ਨੇ ਅੰਮ੍ਰਿਤ ਛਕਿਆ ਤੇ ਸ਼ਰਦੀ ਕੋਲ ਦਾ ਨਾਮ ਹਰ ਸ਼ਬਦ ਕੋਲ ਰੱਖਿਆ ਗਿਆ। ਇਹਦੇ ਪਤੀ ਨੇ ਵੀ ਅੰਮ੍ਰਿਤ ਛਕਿਆ ਔਰ ਉਸ ਦਿਨ ਤੋਂ ਲੈ ਕਰਕੇ ਇਹ ਦੋਵੇਂ ਪਤੀ ਪਤਨੀ ਜਾਸੂਸੀ ਵਿਭਾਗ ਦਾ ਕੰਮ ਸੰਭਾਲਦੇ ਰਹੇ ਔਰ ਇਹਨਾਂ ਦੀ ਡਿਊਟੀ ਸਰਦਾਰ ਹਰੀ ਸਿੰਘ ਨਰੂਏ ਵੱਲੋਂ ਜਥੇਦਾਰ ਸਰਦਾਰ ਮਹਾਂ ਸਿੰਘ ਦੀ ਕਮਾਨ ਹੇਠਾਂ ਲੱਗੀ ਹੋਈ ਹੈ। ਲਓ ਤੱਕੋ ਸਾਧ ਸੰਗਤ, ਇਹ ਬੱਚੀ ਨੇ ਜਿੱਤ ਕੀਤੀ ਹੈ। ਇਹਨੇ ਆਖਿਆ ਖਾਲਸਾ ਜੀ ਜੋ ਖਾਨੇ ਦੀ ਪਾਵ ਤੁਸਾਂ ਛਕੀ ਹੈ ਉਹ ਮੈਂ ਛਕੀ ਹੈ। ਹੁਣ ਮੈਂ ਡੋਰੇ ਦੇ ਪਰਦੇ ਵਿੱਚ ਰੁਕੀ ਰਹਿਣ ਵਾਲੀ ਸ਼ਾਦੀ ਨਹੀਂ, ਹੁਣ ਮੇਰਾ ਨਾਮ ਹਰਸ਼ਰਤ ਕੌਰ ਹੈ। ਜੇ ਕੋਈ ਮੇਰੀ ਤਰਫ ਵਧੇਗਾ ਮੈਂ ਚੀਰ ਕੇ ਰੱਖ ਦਿਆਂਗੀ। ਸਾਧ ਸੰਗਤ ਇਹਨੇ ਪਤਾਕਾ ਲੈ ਕੇ ਚਾਲੇ ਪਾ ਦਿੱਤੇ। ਜਾ ਪਹੁੰਚੀ ਪਿਸ਼ਾਵਰ, ਪਿਸ਼ਾਵਰ ਪਹੁੰਚਦਿਆਂ ਸਾਰ ਗੱਜ ਕੇ ਬੁਲਾਈ ਗੁਰੂ ਫਤਿਹ ਔਰ ਜਥੇਦਾਰ ਸਰਦਾਰ ਮਹਾਂ ਸਿੰਘ ਦੀ ਭੇਜੀ ਹੋਈ ਚਿੱਠੀ ਸਰਦਾਰ ਹਰੀ ਸਿੰਘ ਗਰਮੇ ਦੇ ਹੱਥਾਂ ਵਿੱਚ ਫੜਾਈ ਹੈ। ਸਾਧ ਸੰਗਤ ਜੀ ਉਹ ਮਾਰ ਕੇ ਛਾਲ ਪੜਨ ਤੋਂ ਉੱਠ ਖੜਾ ਹੋਇਆ ਜਥੇਦਾਰ ਸਰਦਾਰ ਹਰੀ ਸਿੰਘ ਗਰਮਾ। ਚਾਹੇ ਉਹ ਬਿਮਾਰ ਹੈ, ਵੈਦਾਂ ਹਕੀਮਾਂ ਨੇ ਲੱਖ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਰੂਏ ਸਰਦਾਰ ਨੇ ਵੱਜ ਦਿੱਤਾ। ਸ਼ਾਇਦ ਕਹਿੰਦਾ ਜਥੇਦਾਰ ਦਾ ਜਵਾਬ ਸੀ ਕੌਦੀ ਜਿਨ੍ਹਾਂ ਦਾ ਬੰਦੇ ਦਾ ਮੁੱਲ ਪੈਂਦਾ ਜੇਕਰ ਸੁਰ ਨੂੰ ਦੇਖ ਕੇ ਡਰ ਜਾਵੇ। ਵੀ ਚੁੱਪ ਕਰਕੇ ਕਿਵੇਂ ਕੋਈ ਰਹਿ ਸਕਦਾ ਹੈ, ਅੱਖਾਂ ਸਾਹਮਣੇ ਜਦ ਰੁੱਟਿਆ ਡਰ ਜਾਵੇ। ਕੁਝ ਹੱਦ ਤੱਕ ਸ਼ਾਂਤ ਚਿੱਤ ਰਹਿ ਕੇ ਬੰਦਾ ਹੱਸ ਕੇ ਦੁਖੜੇ ਡਰ ਜਾਵੇ। ਇਹ ਪਹਾੜ ਤੋਂ ਵੀ ਜੁਰਮ ਜਦ ਵੱਧ ਹੋ ਜਾਏ ਫਿਰ ਐਸਾ ਕਰ ਜਾਵੇ ਕਿ ਦੁਸ਼ਮਣ ਡਰ ਜਾਵੇ। ਮਾਰ ਕੇ ਸ਼ਾਂਤ ਜਥੇਦਾਰ ਸਰਦਾਰ ਹਰੀ ਸਿੰਘ ਨੂੰ ਘੋੜੇ ਤੇ ਸਵਾਰ ਦੁੱਖ 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 ਦੁੱ
ਗਰੀਬ ਨਵਾਜ਼ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਸੱਚ ਕਰਕੇ ਆਪ ਦੀ ਢਾਡੀ ਕਲਾ ਰਾਹੀਂ ਹਰ ਜਸ ਸਿੱਖ ਮਹਾਂ ਸਰਵਣ ਕਰ ਰਹੇ ਹੋ। ਮੈਂ ਬੇਨਤੀ ਕਰਦੇ ਹਾਂ ਇਹ ਜਿਹੜੀ ਆਈਟਮਾਂ ਆਪ ਜੀ ਸਰਵਣ ਕਰ ਰਹੇ ਹੋ ਨਰੋਲ ਢਾਡੀ ਕਲਾ ਹੈ। ਇਹ ਉਹ ਢਾਡੀ ਕਲਾ ਹੈ ਜਿਹੜੀ ਸਾਨੂੰ ਸਾਡੇ ਪੁਰਖਿਆਂ ਵੱਲੋਂ ਬਖਸ਼ਿਸ਼ ਕੀਤੀ ਗਈ ਹੈ ਔਰ ਮੀਰ ਪੀਰ ਦਾ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪ ਉਂਗਲੀ ਫੜ ਕੇ ਢਾਡੀਆਂ ਨੂੰ ਪੰਥਕ ਸਟੇਜਾਂ ਉੱਤੇ ਲੈ ਕੇ ਆਏ ਹੈ। ਸਤਿਕਾਰਯੋਗ ਸਾਧ ਸੰਗਤ, ਅੱਜ ਸਮਾਂ ਕਾਫੀ ਬਦਲਦਾ ਜਾ ਰਿਹਾ, ਮੌਜੂਦਾ ਸਮਾਂ ਬਹੁਤ ਵੱਡਾ ਬਦਲਾਅ ਆ ਚੁੱਕਾ ਸਾਡੇ ਅੰਦਰ। ਮੈਂ ਆਪਣੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿਉਂਕਿ ਆਪ ਸੂਝਵਾਨ ਸਰੋਤੇ ਸੱਜੇ ਪਾਤਸ਼ਾਹ ਜੀ ਦੇ ਮਾਰਗ ਚਰਨਾਂ ਨੂੰ ਸੱਜ ਬੈਠੇ ਹੋ। ਇਹ ਗੱਲ ਕੋਈ ਬਹੁਤੀ ਦੂਰ ਦੀ ਨਹੀਂ, ਕੋਈ 10 ਸਾਲ ਪਹਿਲਾਂ, ਕੋਈ 15 ਸਾਲ ਪਹਿਲਾਂ ਦੀ ਗੱਲ ਹੈ। ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਰਿੰਦਰ ਬੀਬਾ, ਆਸਾ ਸਿੰਘ ਮਸਤਾਨਾ ਜਾਂ ਜਿਹੜੇ ਸਾਡੇ ਪ੍ਰਾਪਤ ਲੋਕ ਆਇਕ ਸਨ ਉਹਨਾਂ ਨੂੰ ਸੁਣਦੇ ਰਹੇ ਹੋ ਤੁਸੀਂ, ਜਿਹੜੇ ਲੋਕ ਆਇਕ ਸਨ ਇਹ ਗੀਤਾਂ ਦੇ ਰਾਹੀਂ ਸਮਾਜ ਅੰਦਰ ਵਾਪਰਦੇ ਹੋ ਵਰਤਾਰੇ ਨੂੰ ਦੁਨੀਆਂ ਦੇ ਸਾਹਮਣੇ ਰੱਖਦੇ ਗੀਤਾਂ ਦੇ ਰਾਹੀਂ, ਲੋਕ ਗੀਤਾਂ ਦੇ ਰਾਹੀਂ। ਪਰ ਹੌਲੀ ਹੌਲੀ ਸਮੇਂ ਨੇ ਆਪਣੀ ਚਾਹ ਬਦਲੀ। ਚਾਹ ਕਿਵੇਂ ਬਦਲੀ ਕਿ ਅਸੀਂ ਪੰਜਾਬ ਨੂੰ ਛੱਡ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਆਸਟ੍ਰੇਲੀਆ ਨਾਲ ਹੋਰਨਾਂ ਵਿੱਚ ਆ ਕੇ ਵਸੇ। ਜਦੋਂ ਇੱਧਰ ਆਏ ਇਧਰੋਂ ਸਾਨੂੰ ਪੈਸੇ ਦੀ ਵੀ ਯਾਦ ਲੱਗੀ, ਉਹਦੇ ਨਾਲ ਦੇ ਨਾਲ ਇੱਕ ਹੋਰ ਯਾਦ ਵੀ ਲੱਗੀ, ਉਹ ਸੀ ਵੀ ਜਿਹੜੇ ਲੋਕ ਗੀਤ ਚੱਲਦੇ ਸਨ ਲੋਕ ਗੀਤ ਉਹਨਾਂ ਦੀ ਥਾਂ ਹੌਲੀ ਹੌਲੀ ਪੌਪ ਗੀਤਾਂ ਲੈ ਲੈ ਗਏ। ਹੁਣ ਲੋਕ ਗੀਤਾਂ ਦੀ ਜਗ੍ਹਾ ਪੌਪ ਗੀਤ ਚੱਲਦੇ ਨੇ ਅਤੇ ਆਪ ਜਾਣਦੇ ਹੋ ਪੌਪ ਗੀਤਾਂ ਦੀ ਹਾਲਤ ਕੀ ਹੁੰਦੀ ਹੈ। ਬਹੁਤੇ ਪੌਪ ਗੀਤ ਤਾਂ ਸੁਣਨ ਯੋਗ ਹੀ ਨਹੀਂ ਹੁੰਦੇ ਅਤੇ ਜਿਹੜੇ ਸੁਣਨ ਵਿੱਚ ਸਮਝ ਆਉਂਦੇ ਹੈ ਉਹਦੇ ਟੱਪੇ ਕਿਤਨੇ ਅਸ਼ਲੀਲ ਹੁੰਦੇ ਹੈ। ਵੀ ਜੇ ਪਰਿਵਾਰ ਵਿੱਚ ਬੈਠੇ ਹੋਵੋ, ਕੋਈ ਬਜ਼ੁਰਗ ਬਾਪ ਬੈਠਾ ਹੋਵੇ, ਕੋਈ ਨੌਜਵਾਨ ਬੱਚੀ ਬੈਠੀ ਹੋਵੇ, ਤੁਹਾਡਾ ਹੋਰ ਪਰਿਵਾਰ ਦੇ ਜੀ ਬੈਠੇ ਹੋਣ, ਇਨਸਾਨ ਨੂੰ ਸ਼ਰਮ ਦੇ ਨਾਲ ਧਰਤੀ ਫੇਰ ਵੀ ਦਿੰਦੀ ਹੈ ਉਹੋ ਜਿਹੇ ਪੌਪ ਸੌਂਗ ਨੇ। ਅਤੇ ਬੇਨਤੀ ਮੈਂ ਕਰਨ ਲੱਗਾ ਸਾਂ ਵੀ ਜੇ ਕੋਈ ਇਹਨੂੰ ਸਵਾਲ ਪੁੱਛੇ ਮੈਂ ਕਿਉਂਕਿ ਇਹੋ ਜਿਹੇ ਕਲਾਕਾਰ ਤੁਹਾਡੇ ਕੋਲ ਆਉਂਦੇ ਰਹਿੰਦੇ ਆ, ਇਹਦਰ ਵੀ ਆਉਂਦੇ ਨੇ, ਉਹਨਾਂ ਦੀਆਂ ਇੰਟਰਵਿਊਜ਼ ਹੁੰਦੀਆਂ ਨੇ ਅਤੇ ਬਹੁਤੀਆਂ ਤੁਸਾਂ ਨੇ ਆਪ ਵੀ ਟੀਵੀ 'ਤੇ ਸੁਣਦੀਆਂ ਹੋਣਗੀਆਂ। ਇੰਟਰਵਿਊ ਲੈਣ ਵਾਲਾ ਜਦੋਂ ਸਵਾਲ ਕਰਦਾ ਨਾ ਕਲਾਕਾਰ ਨੂੰ ਪੁੱਛਦਾ ਵੀ ਤੁਸੀਂ ਕੀ ਸੋਚ ਕੇ ਇਸ ਫੀਲਡ ਵਿੱਚ ਆਏ ਹੋ, ਅਤੇ ਉਹ ਬੜਾ ਚੌੜਾ ਹੋ ਕੇ ਅੱਗੋਂ ਬੋਲਦਾ ਕਲਾਕਾਰ ਪੌਪ ਸਿੰਗਰ, ਉਹ ਕਹਿੰਦਾ ਮੈਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਵਾਸਤੇ ਇਸ ਫੀਲਡ ਨੂੰ ਚੁਣਿਆ। ਇਹੀ ਕਹਿੰਦੇ ਨੇ ਨਾ ਮੈਂ ਪੰਜਾਬੀ ਸੱਭਿਆਚਾਰ ਦੀ ਸੇਵਾ, ਪਰ ਕੈਸੀ ਸੇਵਾ, ਕੈਸੀ ਸੇਵਾ ਕੀਤੀ ਇਹਨਾਂ ਪੌਪ ਸਿੰਗਰਾਂ ਨੂੰ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹਨਾਂ ਨੇ ਸਾਡੇ ਸੱਭਿਆਚਾਰ ਦਾ ਨਾਸ਼ ਮਾਰ ਕੇ ਰੱਖ ਦਿੱਤਾ। ਅੱਜ ਸਾਡੀ ਨੌਜਵਾਨ ਪੀੜ੍ਹੀ ਦੁਬਾਰਾ ਵਿੱਚ ਪਈ ਹੋਈ ਹੈ ਕਿ ਸਾਡਾ ਸੱਭਿਆਚਾਰ ਆਖਰ ਹੈ ਕੀ ਹੈ, ਜਿਹੜਾ ਸਾਡਾ ਸੱਭਿਆਚਾਰ ਪ੍ਰਾਪਤ ਦੱਸਿਆ ਜਾਂਦਾ ਉਹ ਹੈ ਕਿ ਜਾਂ ਜੋ ਅੱਜ ਦੇ ਪੌਪ ਸਿੰਗਰ ਦੱਸਦੇ ਨੇ ਉਹ ਹੈ। ਯਾਦ ਰੱਖੋ ਸਾਡਾ ਸੱਭਿਆਚਾਰ ਪਰ ਬੇਟੀ ਤੋਂ ਬੇਟੀ ਜਾਣਾ, ਪਰ ਇਸਤਰੀ ਤੋਂ ਮਾਤ ਬਿਠਾਉਣਾ, ਆਪਣੀ ਇਸਤਰੀ ਸੌ ਰਾਤ ਹੋਈ ਰਹਿਤ ਬੰਦ ਗੁਰਦੁਆਰਾ ਸਿੱਖ ਹੋਈ, ਇਹ ਸਾਡਾ ਪੁਰਾਤਨ ਵਿਰਸਾ ਹੈ, ਇਹ ਸਾਡਾ ਸੱਭਿਆਚਾਰ ਹੈ। ਤੇ ਸਾਧ ਸੰਗਤ ਸਾਨੂੰ ਸੱਭਿਆਚਾਰ ਦੇ ਵਿਰਸੇ ਵਿੱਚ ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣ ਦੀਆਂ ਦਾਤਾਂ ਮਿਲੀਆਂ ਹਨ ਜੋ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀਆਂ ਹੈ। ਪਰ ਇਹਨਾਂ ਨੇ ਪਤਾ ਸਾਡੇ ਸੱਭਿਆਚਾਰ ਦਾ ਕੀ ਹਾਲ ਕਰ ਦਿੱਤਾ, ਇਹਨਾਂ ਨੇ ਪੰਜਾਬੀ ਨੌਜਵਾਨਾਂ ਨੂੰ ਪੁੱਠਾ ਗਿਆ ਦੇ ਦਿੱਤਾ ਕਿ ਇਹਨੇ ਤਿੰਨ ਚੀਜ਼ਾਂ ਜੱਟ ਮੰਗਦਾ ਕਿ ਦਾਰੂ ਧਰਤੀ ਬਜ਼ੁਰਗ ਪਾਰਾ ਮੋਦੀ। ਤੇ ਜਿਹੜੇ ਪੰਜਾਬ ਵਿੱਚ ਬੈਠੇ ਨੌਜਵਾਨ ਹੈ ਨਾ ਉਹ ਸੋਚਦੇ ਆ ਵੀ ਖੌਰੇ ਕਿਹੜੀ ਗੱਲ ਇਹ ਕਹਿੰਦੇ ਵੀ ਖੌਰੇ ਸੱਚ ਹੀ ਕਹਿੰਦੇ ਹੈ, ਤੇ ਅੱਜ ਤੁਸੀਂ ਵੇਖੋ ਪੰਜਾਬ ਜਾ ਕੇ ਹਾਲਤ ਕੀ ਬਣੇ ਨੇ। ਬਹੁਤੇ ਨੌਜਵਾਨ ਨਸ਼ਿਆਂ ਦੀ ਦਾਦਾ ਵਿੱਚ ਫਸ ਚੁੱਕੇ ਹੈ ਤੇ ਬਹੁਤ ਸਾਰੇ ਨੌਜਵਾਨ ਆਪਣੇ ਧਰਮ ਵੱਲੋਂ, ਆਪਣੇ ਸੱਭਿਆਚਾਰ ਵੱਲੋਂ, ਆਪਣੇ ਕੀਮਤੀ ਵਿਰਸੇ ਵੱਲੋਂ ਮੁੜ ਚੁੱਕੇ ਹੈ। ਤੇ ਸਾਧ ਸੰਗਤ ਇਹ ਮਹਾਂਮੂਰਖ ਇਹ ਨਹੀਂ ਜਾਣਦੇ ਕਿ ਜਿਹਦੀ ਇਹ ਗੱਲ ਕਰ ਰਹੇ ਹੈ ਇਹਨਾਂ ਮੂਰਖਾਂ ਨੂੰ ਹੱਥ ਵਿੱਚ ਫੜੀ ਹੋਈ ਬੰਦੂਕ ਤੇ ਨਸ਼ੇ ਖਾਂਦਾ ਪੂੰਦਾ ਜੱਟਾਂ ਦਿਖਾਈ ਦਿੰਦਾ ਹੈ, ਪਰ ਇਹਨਾਂ ਨੂੰ ਉਹ ਮਰਦਾ ਹੋਇਆ ਜੱਟ ਦਿਖਾਈ ਨਹੀਂ ਦਿੰਦਾ ਜਿਹੜਾ ਮੰਡੀਆਂ ਵਿੱਚ ਰੁੜ ਰਹੀ ਫਸਲ ਦੇ ਹੱਥੋਂ ਦੁਖੀ ਹੋਇਆ ਫਾਹੇ ਲੈਂਦਾ ਹੈ, ਉਹ ਜੱਟ ਨਹੀਂ ਦੇਖਦਾ ਇਹਨਾਂ ਨੂੰ।
ਜਿਹੜਾ ਸਖਤਾਂ ਤੇ ਜਾ ਕੇ ਮਰਦਾ ਹੈ, ਜੂਝ ਕੇ ਸ਼ਹੀਦ ਹੁੰਦਾ ਹੈ, ਉਹ ਨਹੀਂ ਦਿਖਾਈ ਦਿੰਦਾ। ਸਾਇੰਸਦਾਨ, ਕੋਈ ਡਾਕਟਰ, ਕੋਈ ਇੰਜੀਨੀਅਰ, ਇਹੋ ਜਿਹੇ ਵੱਡੇ ਵੱਡੇ ਮਾਹਰ ਇਹਨਾਂ ਨੂੰ ਦਿਖਾਈ ਨਹੀਂ ਦਿੰਦੇ। ਬਸ ਇਹਨਾਂ ਨੂੰ ਉਹੀ ਦਿਖਾਈ ਦਿੰਦੇ ਹਨ ਜਿਹੜੇ ਹੱਥਾਂ ਵਿੱਚ ਬੰਦੂਕਾਂ ਫੜੀ ਫਿਰਦੇ ਹੋਣ ਔਰ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦੇ ਹੋਣ। ਸਾਧ ਸੰਗਤ, ਇਹਨਾਂ ਪੌਪ ਸਿੰਗਰਾਂ ਦੇ ਸੱਭਿਆਚਾਰ ਦਾ ਭੱਠਾ ਉਠਾ ਕੇ ਰੱਖ ਦਿੱਤਾ। ਤੇ ਮੈਂ ਬੇਨਤੀ ਹੈ ਕਰਮਟਾ ਸਾਹਿਬ ਕਿ ਜਿਵੇਂ ਲੋਕ ਗੀਤਾਂ ਦਾ ਭੋਗ ਪੌਪ ਗੀਤਾਂ ਨੇ ਪਾਇਆ ਨਾ, ਇਸੇ ਤਰ੍ਹਾਂ ਸਾਡੀ ਢਾਡੀ ਕਲਾ ਦੀਆਂ ਕੁਝ ਪੁਰਾਤਨ ਗੀਤਾਂ ਸਨ। ਪੁਰਾਤਨ ਗੀਤਾਂ, ਢਾਡੀ ਕਲਾ ਦਾ ਨੱਚਾ, ਢਾਡੀ ਕਲਾ ਵਿੱਚ ਵਾਕ, ਜੋੜੇ ਦਾ ਸਾਕਾ, ਜੋੜੇ ਦੀ ਤਲੀ, ਜੋੜੇ ਦੀ ਬੈਂਦ, ਪਲੰਘ ਦਾ ਸਾਕਾ, ਜੋੜੇ ਦੀਆਂ ਐਟਮਾਂ। ਸਾਧ ਸੰਗਤ, ਇਹ ਚੀਜ਼ਾਂ ਹੁਣ ਖਤਮ ਹੁੰਦੀਆਂ ਜਾ ਰਹੀਆਂ, ਇਹਨਾਂ ਦੀ ਜਗ੍ਹਾ ਪੌਪ ਗੀਤਾਂ ਦੀਆਂ ਟਿਊਨਾਂ ਲੈ ਰਹੀਆਂ। ਤੇ ਬਹੁਤੇ ਅਸੀਂ ਸੱਜਣ ਵੀ ਉਹਨਾਂ ਨੂੰ ਸੁਣਨ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਾਂ, ਕਿਉਂਕਿ ਆਨੰਦ ਜ਼ਿਆਦਾ ਹੁੰਦਾ। ਕਹਿੰਦੇ ਜੀ ਤੇਜ਼ ਮਿਊਜ਼ਿਕ ਹੋਣਾ ਚਾਹੀਦਾ ਹੈ। ਪੌਪ ਗੀਤ ਹੁਣ ਸਾਡੇ ਢਾਡੀ ਕਲਾ ਤੇ ਢਾਡੀ ਮਿਊਜ਼ਿਕ ਉੱਤੇ ਵੀ ਹਾਵੀ ਹੋਣ ਲੱਗ ਪਏ ਆ। ਸਾਧ ਸੰਗਤ, ਬੇਨਤੀ ਮੈਂ ਕਰ ਰਿਹਾ ਸਰ ਕਿ ਹੁਣ ਤੱਕ ਜਿੰਨੀਆਂ ਵੀ ਆਈਟਮਾਂ ਆਪਣੇ ਚਰਨਾਂ ਵਿੱਚ ਕਹੀਆਂ, ਲਓ ਢਾਡੀ ਕਲਾ ਵਿੱਚੋਂ ਬੇਨਤੀ ਕੀਤੀਆਂ ਨੇ। ਆਓ ਇੱਕ ਆਈਟਮ ਹੋਰ ਢਾਡੀ ਕਲਾ ਦੀ ਵਾਰ ਆਪਣੇ ਚਰਨਾਂ ਵਿੱਚ ਬੇਨਤੀ ਕਰਕੇ ਇੱਕ ਮੰਦੇ ਜਾ ਚੁੱਕ ਹੋ ਜਾਣਾ ਹੈ। ਬੇਨਤੀ ਕੀਤੀ ਜਾ ਰਹੀ ਸੀ ਜਥੇਦਾਰ ਸਰਦਾਰ ਹਰੀ ਸਿੰਘ ਕਲੂਆ ਮਾਰ ਕੇ ਸ਼ਾਹ ਕੋਲ ਇੱਕ ਸਵਾਲ ਹੁੰਦਾ ਹੈ, ਉਹਨੂੰ ਐਦ ਰੋਕਣ ਦੀ ਕੋਸ਼ਿਸ਼ ਕਰਦੇ ਹੈ, ਪਰ ਨਲੂਆ ਸਰਦਾਰ ਰੁਕਦਾ ਨਹੀਂ ਹੈ। 8,000 ਫੌਜ ਲੈ ਕੇ ਜਥੇਦਾਰ ਸਰਦਾਰ ਹਰੀ ਸਿੰਘ ਕਲੂਏ ਨੇ ਰਾਤੋ ਰਾਤ ਚੜ੍ਹਾਈ ਕਰ ਦਿੱਤੀ। ਉਹਦੇ ਦੂਜੇ ਪਾਸੇ ਪਠਾਨ ਸਵੇਰੇ ਫਸਲ ਦੀ ਨਮਾਜ਼ ਪੜ੍ਹ ਕੇ ਜੇ ਵਿਹਲੇ ਹੋ ਰਹੇ ਹੈ। ਉਹਨਾਂ ਨੂੰ ਆਸ ਸੀ ਕਿ ਅੱਜ ਦੀ ਸ਼ਾਮ ਹੁੰਦਿਆਂ ਹੁੰਦਿਆਂ ਤੱਕ ਅਸੀਂ ਇਸ ਜਨੌਰ ਦੇ ਕਿਲੇ ਨੂੰ ਫਤਿਹ ਕਰ ਲਵਾਂਗੇ, ਪਰ ਨਾ ਜਾਣਦੇ ਸਨ ਕਿ ਉਹਨਾਂ ਦੇ ਸਿਰ ਤੇ ਮੌਤ ਦਾ ਇੱਕ ਬਹੁਤ ਵੱਡਾ ਕਾਲ ਜਥੇਦਾਰ ਸਰਦਾਰ ਹਰੀ ਸਿੰਘ ਨਲੂਏ ਦੇ ਰੂਪ ਵਿੱਚ ਪੈ ਰਿਹਾ ਹੈ। ਸਾਧ ਸੰਗਤ, ਨਲੂਏ ਸਰਦਾਰ ਨੇ ਚਾਲੇ ਪਾਏ, ਪੜ੍ਹ ਕੇ ਫਾਦਰ ਦੀ ਨਮਾਜ਼ ਅਤੇ ਹਰਦੇ ਤੱਕ ਪਠਾਨ ਜਦੋਂ ਘੇਰ ਕੇ ਚੁਫੇਰੇ ਨੂੰ ਨਲੂਏ ਸਰਦਾਰ ਨੇ ਹਮਲਾ ਕਰ ਦਿੱਤਾ। ਲਓ ਜੀ, ਸ਼ਾਇਰ ਕਹਿੰਦਾ ਹੈ, ਰੁਕੇ ਰੁਕੇ ਆਹਮੋ ਸਾਹਮਣੇ ਦਰਦ ਹੋਵੇ, ਜੁੱਟੇ ਤੀਰ ਕਹਾਏ ਰੱਬ ਦੇ ਚਿੜੀਆਂ ਚੋਂ, ਛੁੱਟੇ ਫਿੱਕਾ ਹੋਈਆਂ ਛਾਨਣੀ ਕਈ ਮੱਥੇ, ਫੁੱਟੇ ਲੱਗ ਗਏ ਸੱਤਾਂ ਹੱਥੋਂ ਘਰ ਬਹਿ ਗਏ, ਫੁੱਟੇ ਇੱਕ ਵਾਰੀ ਇਦਾਂ ਪੈਗਾ ਸਿਰ ਲੈ ਕੇ, ਟੁੱਟੇ ਜਿਵੇਂ ਸ਼ੇਰ ਲਿਖ ਕੇ ਘੁੰਮੀਆਂ ਗਿੱਦੜਾਂ ਤੇ, ਟੁੱਟੇ ਹਰੀ ਸਿੰਘ ਸਰਦਾਰ ਨੇ ਦਿੱਤਾ ਲੜਕਾ, ਉਹਨੇ ਸੱਚ ਸ੍ਰੀ ਅਕਾਲ ਦਾ ਛੜਿਆ ਜੈਕਾਰਾ, ਉਹਦਾ ਘੋੜਾ ਉਸਦੀਆਂ ਹਿੱਕਿਆਂ ਦਾ ਤੇਜ ਕਰਾਰਾ, ਉਹਦੇ ਹੱਥ 'ਚ ਚੰਡੀ ਚਮਕਦੀ ਜੋ ਚੌਕੇ ਪਾਰਾ, ਉਹ ਚਿੱਤਰਦੀ ਲੱਗ ਜਾਂਦਾ ਵੱਡੀ ਲਹੂ ਪਾਰਾ, ਹਨ ਤੈਨੂੰ ਇਸ ਤਰ੍ਹਾਂ ਦੇ ਗਾਦੇ ਖੜਨ ਜੋ ਆਪਸ ਵਿੱਚ ਜਿੰਨੀਆਂ ਖੈ ਖੈ ਕਰਨ ਲੱਗੀਆਂ ਕਰੂ ਤੂੰ ਮੈਂ ਭਾਂਗੜ ਪਰਨ, ਤਾਂ ਉੱਤੇ ਸੂਰੇ ਵੀ ਡਿੱਗੇ ਪਰਨ, ਤੀਰ ਬਾਲੇ ਹੱਥ ਵਿੱਚ ਸੀਨੇ 'ਚ ਖੜਨ, ਅੱਜ ਪੀ ਪੀ ਤੂੰ ਵਧਾਉਂਦੇ ਹੋ ਦਰਾਂ ਦੀ ਸਰਗਣ, ਤਗੜ ਤਗੜ ਘੋੜੇ ਭੱਜ ਮਦਾਂ ਵਿੱਚ ਤਾਕ 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 ਸਾਹ ਤੋਪਾਂ ਚਲੀਆਂ, ਪਟਕ ਪਟਕ ਮੇਰੇ ਸੂਰੇ 'ਚ ਵੀ ਉੱਤੇ ਖੜਕ ਖੜਕ ਤੇ ਘੰਟਾ ਲਾ ਉੱਤੇ ਚਲੀਆਂ, ਚੱਕ 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 ਕਾਇਦਾ ਬਹਿਣਾਂ ਦੇ ਅੱਜ ਅੱਜ ਦੇ ਨਰਮੋਤੇ ਖੜੀਆਂ, ਫਟ ਫਟ ਪ੍ਰਾਣ ਪੱਛੂ
ਮਾਰਕਰ ਡੱਟ ਦੇ ਸੂਰਮੇ ਜ਼ਮੀਨ ਉੱਤੇ ਧਾਰ ਧਾਰ ਜਥੇਦਾਰ ਸਰਦਾਰ ਹਰੀ ਸਿੰਘ ਨਰੂਈ ਦਾ ਆਉਣਾ ਸੁਣ ਕੇ ਹੀ ਪਠਾਨ ਸਿਰ ਦੇ ਪੈਰ ਰੱਖ ਕੇ ਦੌੜ ਖੜੇ ਹੋਏ। ਸਤਿਕਾਰਯੋਗ ਸਰ ਸੰਗਤ, ਮਿਰਜ਼ਾ ਸੰਮੀ ਖਾਨ ਬਹੁਤ ਵੱਡੀ ਗਲਤੀ ਕਰ ਗਿਆ, ਜਿਹੜਾ ਲੜਦਾ ਲੜਦਾ ਹਰੀ ਸਿੰਘ ਨਰੂਈ ਦੇ ਟਾਕਰੇ ਉੱਤੇ ਆ ਗਿਆ। ਇਹਨੇ ਜਥੇਦਾਰ ਸਰਦਾਰ ਹਰੀ ਸਿੰਘ ਨੂੰ ਮੰਗਾ ਲਿਆ ਮੈਦਾਨ ਦੀ ਜੰਗ ਅੰਦਰ। ਸਰਦਾਰ ਨਰੂਈ ਨੇ ਇਹਨੂੰ ਤਿੰਨ ਵਾਰ ਕਰਨ ਦਾ ਮੌਕਾ ਦਿੱਤਾ ਹੈ, ਤਿੰਨ ਵਾਰ ਕੀਤੇ ਨੇ ਪਰ ਕੋਈ ਚਾਰਾ ਨਾ ਚੱਲਿਆ। ਜਦੋਂ ਪਿਛੇ ਨੂੰ ਗਾਉਣ ਲੱਗਾ ਤੇ ਇਸ਼ਾਰਾ ਕੀਤਾ ਵੀ ਨਰੂਏ ਸਰਦਾਰ ਨੂੰ ਰੋਕ ਲਿਆ। ਕਹਿਣ ਲੱਗੇ ਵਾਰੀ ਨਰੂਏ ਸ਼ੇਰ ਦੀ, ਬੋਲੇ ਭਗਾ ਕੇ ਕਿੱਥੇ ਚੱਲੇ ਖਾਨ ਜੀ, ਹੁਣ ਕੱਦ ਵਿਖਾ ਕੇ ਨਸਣਾ ਕਾਮਨੀ ਮਰਦਾ ਜੋ ਪਿੱਠ ਵਿਖਾ ਕੇ ਲਵਾਈ ਦੇ ਰੋਕਿਓ ਕੋਈ ਚਾਰਾ ਲਾ ਕੇ। ਫਿਰ ਸ਼ਰਕੀ ਚੰਡੀ ਸਿੰਘ ਨੇ ਜਦ ਹੱਥ ਹਲਾ ਕੇ ਉਹਨੇ ਚੀਰਿਆ ਕੋਟ ਫਲਾਂਦਾ ਰੱਤ ਪੀਤੀ, ਜਾ ਕੇ ਘੋੜੇ ਤੋਂ ਸੁੱਟ ਲਿਆ ਥੱਲੇ ਪਟਕਾ ਕੇ। ਮਿਰਜ਼ਾ ਸੰਮੀ ਖਾਨ ਜ਼ਖਮੀ ਹੱਥ ਵਿੱਚ ਘੋੜੇ ਤੋਂ ਥੱਲੇ ਕੀਤਾ ਤੇ ਡਿੱਗਦਾ ਹੋਇਆ ਤਰਲਾ ਲੈ ਗਿਆ, ਕਹਿੰਦਾ ਜਥੇਦਾਰ ਸਰਦਾਰ ਹਰੀ ਸਿੰਘ ਤੇਰੇ ਪੈਰੀ ਡਿੱਗਾ ਹਾਂ। ਉਹਨੇ ਆਖਿਆ ਪੈਰੀ ਡਿੱਗੀ ਉੱਤੇ ਬਾਹਰ ਕਰਨਾ ਖਾਲਸੇ ਦਾ ਕੰਮ ਨਹੀਂ, ਸਾਥੀਆਂ ਨੂੰ ਕਹਿ ਸੰਭਾਲ ਕਰਨਾ। ਤੇ ਕਹਿੰਦੇ ਨੇ ਸਿਪਾਹੀਆਂ ਨੇ ਸੰਭਾਲ ਕੀਤੀ, ਚੁੱਕੇ ਦੌੜ ਤੁਰੇ ਹੈ। ਔਰ ਉਸ ਸਮੇਂ ਹਰੀ ਸਿੰਘ ਨਰੂਆ ਜਥੇਦਾਰ ਕੌਮ ਦਾ ਇਹ ਮਹਾਨ ਬਾਬਾ ਸ਼ੇਰ ਡੋਗਰਿਆਂ ਦੀ ਰੱਜੀ ਗਈ ਸਾਜਿਸ਼ ਦਾ ਉਸ ਵੇਲੇ ਹਿੱਸਾ ਬਣ ਗਿਆ। ਡੋਗਰਾਂ ਦੀ ਡੋਗਰਿਆਂ ਦੀ ਸਾਜਿਸ਼ ਦੀ ਪਿੱਛਾ ਚੱਲ ਗਿਆ। ਜਦੋਂ ਡੋਗਰਿਆਂ ਵੱਲੋਂ ਖਰੀਦੇ ਗਏ ਦੋ ਭਾਣੇ ਦੇ ਕਾਤਲ, ਸਾਧ ਸੰਗਤ ਇਹ ਗੱਲ ਹੁਣ ਕਲੀਅਰ ਹੋ ਚੁੱਕੀ ਹੈ ਵੀ ਜਿਹੜੇ ਦੋ ਪਠਾਣਾਂ ਨੇ ਸਰਦਾਰ ਹਰੀ ਸਿੰਘ ਨਰੂਏ ਤੇ ਵਾਰ ਕੀਤਾ ਉਹ ਡੋਗਰਿਆਂ ਦੇ ਭੇਜੇ ਹੋਏ ਸਨ। ਦੁਬਾਰੇ ਦਾ ਵਾਰ ਕੀਤਾ ਜਥੇਦਾਰ ਸਰਦਾਰ ਹਰੀ ਸਿੰਘ ਉੱਤੇ, ਇਹ ਗੋਲੀਆਂ ਲੱਗੀਆਂ ਪੇਟੀ ਦੇ ਅੰਦਰ। ਔਰ ਇਤਿਹਾਸ ਕਰਕੇ ਨੇ ਬੈਠਾ ਹਕੀਮਾਂ ਨੇ ਗੋਲੀਆਂ ਤਾਕਤ ਲਈਆਂ ਪਰ ਲੋਹੀ ਦੀ ਪੇਟੀ ਦੇ ਬਰੀਕ ਤਬਰੇ ਜਿਹੜੇ ਸਨ, ਲੋਹੇ ਦੀਆਂ ਬਰੀਕ ਤਾਤਾਂ ਜਿਹਦੇ ਨਾਲ ਅੰਦਰ ਧਸ ਗਈਆਂ, ਬੈਠ ਕਰ ਨਾ ਸਕੇ। ਜਿਹਦੇ ਫਲਸਰੂਪ ਜਥੇਦਾਰ ਸਰਦਾਰ ਹਰੀ ਸਿੰਘ ਨਰੂਆ ਜਮਾਉਤ ਦੀ ਇਸ ਜੰਗ ਨੂੰ ਜਿੱਤ ਕੇ ਇਹ ਜੇਤੂ ਜਰਨੈਲ ਦੁਨੀਆਂ ਨੂੰ ਸਦਾ ਵਾਸਤੇ ਗੁਰੂ ਕੰਮ ਨੂੰ ਸਦਾ ਵਾਸਤੇ ਅਲਤਾ ਕਹਿ ਗਿਆ, ਫਤਿਹ ਬੁਲਾ ਗਿਆ। ਪਰ ਇਹ ਗੱਲ ਵੀ ਯਾਦ ਰੱਖਣ ਯੋਗ ਹੈ, ਹਰੀ ਸਿੰਘ ਨਰੂਏ ਦੀ ਸ਼ਹਾਦਤ ਮਗਰੋਂ ਕੋਈ ਇੱਕ ਵੀ ਹੋਰ ਇਹੋ ਜਿਹਾ ਇਲਾਕਾ ਨਹੀਂ ਸੀ ਜਿਹੜਾ ਖਾਲਸਾ ਰਾਜ ਨਾਲ ਦੁਬਾਰਾ ਮਿਲਾਇਆ ਗਿਆ ਹੋਵੇ। ਉਦੋਂ ਮਗਰੋਂ ਖਾਲਸੇ ਰਾਜ ਦਾ ਸਰੂਪ ਘਟਣ ਦਾ ਲੱਗ ਪਿਆ ਪਰ ਮਗਰੋਂ ਵਾਧੇ ਵੱਧ ਨਹੀਂ ਗਿਆ। ਆ ਉਸ ਸਮੇਂ ਦੀ ਸਮਾਪਤੀ ਹੈ। ਸਿੱਖ ਇਤਿਹਾਸ ਧਰਤੀ ਕਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਸਤਿਕਾਰ ਵਿੱਚ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨਾਂ ਵਿੱਚ ਸਭ ਵਿਖੇ ਗੁਰੂ ਦੀਆਂ ਸਿੱਖ ਸੰਗਤਾਂ ਬੜਾ ਹੀ ਮਾਣ ਸਨਮਾਨ ਹਾਜ਼ਰ ਹੋਏ, ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕਰਦੇ ਹਾਂ। ਸਮੁੱਚੀ ਮਹਿੰਤ ਮਹਿੰਤਾਂ ਸਮੁੱਚੀ ਹੀ ਮਹਿੰਤ ਮਹਿੰਤਾਂ ਧੰਨਵਾਦ ਕਰਦੇ ਹਾਂ। ਔਰ ਸਾਰੇ ਗੁਰੂ ਕੇ ਗ੍ਰੰਥੀ ਸਿੰਘਾਂ ਦਾ, ਸਾਰੀਆਂ ਸਿੱਖ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਸਮੁੱਚੀ ਸਾਧ ਸੰਗਤ ਦੇ ਸ਼ੁਕਰ ਗੁਜ਼ਾਰ ਹਾਂ। ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਦੇ ਸਦਕਾ ਆਪ ਜੀ ਦੇ ਚਰਨਾਂ ਦੇ ਵਿੱਚ ਕੈਲੀਫੋਰਨੀਆ ਦੀ ਧਰਤੀ ਉੱਤੇ ਇਹ 6 ਮਹੀਨੇ ਦਾ ਕੂਸੀ ਜੋ ਕੈਲੀਫੋਰਨੀਆ ਦੀ ਵੱਖ ਵੱਖ ਸਟੇਜਾਂ ਉੱਤੇ ਸਿੱਖ ਸੰਗਤਾਂ ਦੀ ਸੇਵਾ ਕੀਤੀ ਹੈ। ਸੈਕਰਾਮੈਂਟਾ ਤੋਂ ਵੀ ਕੁਝ ਸਿੱਖ ਸੰਗਤਾਂ ਆਈਆਂ ਨੇ, ਬੜਾ ਮਾਨ ਸਨਮਾਨ ਦੀ ਗੁਰਮੁਖੀ ਦੇ ਗੀਤ ਯਾਦ ਕਰ ਗਏ ਹੈ। ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਜੁੜ ਬੈਠੀਆਂ ਨੇ। ਔਰ ਪਿਛਲੇ ਹਫ਼ਤੇ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਬਰੇਸੀ ਦੀਆਂ ਸਿੱਖ ਸੰਗਤਾਂ ਵੱਲੋਂ ਦਾਸਿਆਂ ਦੇ ਇਸ ਸਮੁੱਚੇ ਢਾਡੀ ਅਤੇ ਨੂੰ ਗੋਲਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੀ ਰਹਿਮਤ ਕੀਤੀ ਹੈ, ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਹੈ। ਕੱਲ੍ਹ ਨੂੰ ਢਾਡੀ ਅਸੀਂ ਪੰਜਾਬ ਨੂੰ ਰਵਾਨਾ ਹੋ ਜਾਣਾ। ਸਾਧ ਸੰਗਤ ਆਪ ਕਦੇ ਵੀ ਪੰਜਾਬ ਆਉਂਦੇ ਹੋ, ਕੋਈ ਵੀ ਪ੍ਰੋਗਰਾਮ ਜੀਤਦੇ ਹੋ, ਆਪ ਜੀ ਦੇ ਦਰਸ਼ਨ ਦੀ ਲਾਇ ਕਰਕੇ ਅਤਿਅੰਤ ਖੁਸ਼ੀ ਪ੍ਰਾਪਤ ਹੋਵੇਗੀ। ਮੈਂ ਬੇਨਤੀ ਕਰਦੇ ਹਾਂ ਸਾਥ ਦੇ ਰਹੇ ਸਨ ਸਾਥੀ ਢਾਡੀ ਪ੍ਰੋਫੈਸਰ ਸਿੰਘ ਪ੍ਰੇਮੀ ਲੋਹਾਰਾ ਲੁਧਿਆਣਾ, ਸਾਥੀ ਢਾਡੀ ਭਾਈ ਗੁਰਵਿੰਦਰ ਸਿੰਘ ਜੀ ਸੋਢੀ, ਸਾਥੀ ਸਾਰੰਗੀ ਮਾਸਟਰ ਵੀਰ ਭਾਈ ਸੁਰਜੀਤ ਸਿੰਘ ਜੀ ਸਫਰੀ, ਇਹ ਦੋਵੇਂ ਵੀਰ ਸਕੇ ਭਾਈ ਨੇ ਪਿੰਡ ਫਤਵਾਲ ਨਜੀ ਗੁਰਦੁਆਰਾ ਬੋਈ ਸਾਹਿਬ ਗੱਲਾ, ਔਰ ਸਾਧ ਸੰਗਤ ਦਾਸ ਵਰਿੰਦਰ ਸਿੰਘ ਵਾਰਸ ਪਿੰਡ ਸੇਚਾ ਤਹਿਸੀਲ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਕਪੂਰਥਲਾ ਤੋਂ ਢਾਡੀ ਜਥਾ ਆਪਣੇ ਚਰਨਾਂ ਵਿੱਚ ਹਾਜ਼ਰ ਹੋਇਆ ਹੈ।
ਬਹੁਤ ਸਾਰਾ ਤਾਕੀਕਾਲ ਦੇ ਨਾਲ ਸੰਬੰਧਿਤ ਮਟੀਰੀਅਲ YouTube ਤੇ ਵੀ ਪਿਆ ਹੋਇਆ ਹੈ। ਐਡਰੈਸ ਪ੍ਰਾਪਤ ਕਰਨਾ ਹੋਵੇ ਤਾਂ YouTube ਦੇ ਮਾਧਿਅਮ ਰਾਹੀਂ ਵੀ ਕੰਟੈਕਟ ਪ੍ਰਾਪਤ ਕੀਤੇ ਜਾ ਸਕਦੇ ਹਨ। ਸਾਰੀ ਸੰਗਤ ਦਾ ਧੰਨਵਾਦ ਕਰਦੇ ਹੋਏ ਖਿਮਨ ਦੇ ਜਾਚਕ ਬਖਸ਼ੋ ਆ ਗਿਆ ਬਲਾਓ ਫਤਿਹ ਗੱਜ ਕੇ ਆਖੋ ਵਾਹਿਗੁਰੂ।